ਅੱਜ ਦਾ ਜਿਹੜਾ ਇਸ਼ੂ ਹੈ ਉਹ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਕੱਲ੍ਹ ਇੱਕ ਬਹੁਤ ਵੱਡੀ ਡਿਵੈਲਪਮੈਂਟ ਹੈ ਜਿਹੜੀ ਉਹ ਆਮ ਆਦਮੀ ਪਾਰਟੀ ਦੇ ਲਈ ਔਰ ਪੰਜਾਬ ਦੇ ਲਈ ਹੋਈ ਹੈ। ਔਰ ਉਹ ਡਿਵੈਲਪਮੈਂਟ ਇਹ ਹੈ ਕਿ ਇੱਕ ਬਹੁਤ ਹੀ ਇੰਪੈਕੇਬਲ ਰਿਕਾਰਡ ਦੇ ਜੁਡੀਸ਼ੀਅਲ ਪਰਸਨੈਲਿਟੀ ਜਸਟਿਸ ਰਿਟਾਇਰਡ ਜਸਟਿਸ ਜ਼ੋਰਾ ਸਿੰਘ ਨੇ ਦਿੱਲੀ ਦੇ ਵਿੱਚ ਸ਼੍ਰੀ ਅਰਵਿੰਦ ਕੇਜਰੀਵਾਲ, ਮਨੀਸ਼ ਸਿਸੋਦੀਆ ਜੀ ਔਰ ਪੰਜਾਬ ਦੀ ਲੀਡਰਸ਼ਿਪ ਦੇ ਨਾਲ ਆਮ ਆਦਮੀ ਪਾਰਟੀ ਹੈ ਉਹਨਾਂ ਦੀ ਰਹਿਨਮਾਈ ਦੇ ਵਿੱਚ ਅੱਜ ਕੱਲ੍ਹ ਆਮ ਆਦਮੀ ਪਾਰਟੀ ਜੁਆਇਨ ਕੀਤੀ ਹੈ। ਮੈਂ ਸਮਝਦਾ ਕਿ ਇਹ ਸਾਡੇ ਲਈ ਬਹੁਤ ਖੁਸ਼ੀ ਦੀ ਗੱਲ ਹੈ। ਅਸੀਂ ਪੰਜਾਬ ਯੂਨਿਟ ਇਸ ਜੁਆਇਨਿੰਗ ਦਾ ਭਰਵਾਂ ਸਵਾਗਤ ਕਰਦੀ ਹੈ। ਜਸਟਿਸ ਜ਼ੋਰਾ ਸਿੰਘ ਉਹ ਸ਼ਖਸੀਅਤ ਨੇ ਜਿਨ੍ਹਾਂ ਨੇ 35 ਸਾਲ ਜੁਡੀਸ਼ੀਅਲ ਸਰਵਿਸਿਜ਼ ਦੇ ਵਿੱਚ ਸਮਾਜ ਦੀ, ਪੰਜਾਬ ਦੀ ਔਰ ਇਸ ਮੁਲਕ ਦੀ, ਭਾਰਤ ਦੀ ਬਹੁਤ ਵਧੀਆ ਤਰੀਕੇ ਦੇ ਨਾਲ, ਸਾਫ ਗੋਈ ਦੇ ਨਾਲ, ਇਮਾਨਦਾਰੀ ਦੇ ਨਾਲ, ਇੰਪੈਕੇਬਲ ਰਿਕਾਰਡ ਦੇ ਨਾਲ, ਚਿੱਟੀ ਚਾਦਰ ਦੇ ਨਾਲ ਉਹਨਾਂ ਨੇ ਸੇਵਾ ਕੀਤੀ ਔਰ ਲੋਕਾਂ ਨੂੰ ਜਸਟਿਸ ਹੈ ਜਿਹੜਾ, ਇਨਸਾਫ ਹੈ ਉਹ ਵੱਖ ਵੱਖ ਅਹੁਦਿਆਂ ਦੇ ਉੱਪਰ ਰਹਿੰਦੇ ਹੋਏ ਉਹ ਦਿੱਤਾ ਹੈ। ਔਰ ਜਸਟਿਸ ਜ਼ੋਰਾ ਸਿੰਘ ਦਾ ਮੈਂ ਸਮਝਦਾ ਕਿ ਪਿਛਲੇ ਸਮੇਂ ਦੇ ਵਿੱਚ ਹਾਈਲਾਈਟ ਦੇ ਵਿੱਚ ਉਦੋਂ ਆਏ, ਲਾਈਮਲਾਈਟ ਦੇ ਵਿੱਚ ਉਦੋਂ ਆਏ ਜਦੋਂ ਬਰਗਾੜੀ ਦੇ ਵਿੱਚ ਬਹਿਬਲ ਕਲਾਂ ਦੇ ਵਿੱਚ ਬੁਰ ਜਵਾਹਰ ਸਿੰਘ ਵਾਲੇ ਤੋਂ ਗੁਰੂ ਗ੍ਰੰਥ ਸਾਹਿਬ ਜੀਆਂ ਦੇ ਸਰੂਪ ਚੋਰੀ ਹੋਏ ਔਰ ਉਸ ਤੋਂ ਬਾਅਦ ਬੇਅਦਬੀ ਹੋਈ, ਪੱਤਰੇ ਅੰਗ ਸੀ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਉਹ ਖਿਲਰੇ ਪਾਏ ਗਏ ਔਰ ਫਿਰ ਬਹਿਬਲ ਕਲਾਂ ਦੇ ਵਿੱਚ ਦੋ ਨੌਜਵਾਨ ਭਰਾਵਾਂ ਦੀ ਸਾਡਿਆਂ ਦੀ ਗੋਲੀ ਮਾਰ ਕੇ ਨਿਰਮਮ ਤਰੀਕੇ ਦੇ ਨਾਲ ਹੱਤਿਆ ਕਰ ਦਿੱਤੀ। ਉਸ ਤੋਂ ਬਾਅਦ ਬੈਕਲੈਸ਼ ਹੋਇਆ ਪੂਰੇ ਪੰਜਾਬ ਦੇ ਵਿੱਚ, ਗੁੱਸਾ ਉਸ ਸਮੇਂ ਦੀ ਸਰਕਾਰ ਔਰ ਬਾਦਲ ਸਰਕਾਰ ਦੇ ਅਗੇਂਸਟ ਉੱਠਿਆ ਅਤੇ ਜਸਟਿਸ ਜ਼ੋਰਾ ਸਿੰਘ ਵਨ ਮੈਂਬਰ ਕਮਿਸ਼ਨ ਹੈ ਜਿਹੜਾ ਉਸ ਸਮੇਂ ਦੀ ਸਰਕਾਰ ਨੇ ਬਣਾਇਆ। ਅਸੀਂ ਲੋਕਾਂ ਨੇ ਵੀ, ਤੁਸੀਂ ਲੋਕਾਂ ਨੇ ਵੀ, ਸਾਰਿਆਂ ਦੇ ਪੰਜਾਬ ਦੇ ਵਿੱਚ ਮੈਸੇਜ ਇਹ ਗਿਆ ਕਿ ਕਿਉਂਕਿ ਜਿਹੜੇ ਦੋਸ਼ੀ ਨੇ, ਜਿਨ੍ਹਾਂ ਦੀ ਨੱਕ ਹੇਠ ਇਹ ਬੇਅਦਬੀ ਹੋਈ ਹੈ, ਇਹ ਗੁਨਾਹ ਹੋਇਆ, ਉਹ ਆਪਦੀ ਮਰਜ਼ੀ ਦਾ ਕਮਿਸ਼ਨ ਹੈ ਜਿਹੜਾ ਉਹ ਬਣਾ ਰਹੇ ਨੇ। ਇਸ ਕਰਕੇ ਕਿਸੇ ਨੇ ਵੀ ਜਸਟਿਸ ਜ਼ੋਰਾ ਸਿੰਘ ਦੇ ਕਮਿਸ਼ਨ ਨੂੰ ਸੀਰੀਅਸਲੀ ਨਹੀਂ ਲਿਆ। ਇਹ ਮੰਨ ਕੇ ਚੱਲਿਆ ਗਿਆ ਕਿ ਜਸਟਿਸ ਜ਼ੋਰਾ ਸਿੰਘ ਸ਼ਾਇਦ ਬਾਦਲਾਂ ਦੇ ਹੱਕ ਦੇ ਵਿੱਚ, ਉਹਨਾਂ ਦੇ ਫੇਵਰ ਦੇ ਵਿੱਚ ਰਿਪੋਰਟ ਦੇ ਦੇਣਗੇ। ਪਰ ਜਦੋਂ ਉਹਨਾਂ ਨੇ ਰਿਪੋਰਟ ਦੀ ਘੋਖ ਕੀਤੀ, ਉਹਦੇ ਉੱਪਰ ਇਨਵੈਸਟੀਗੇਸ਼ਨ ਕੀਤੀ ਅਤੇ ਜਦੋਂ ਜੂਨ 2016 ਦੇ ਵਿੱਚ ਉਹਨਾਂ ਨੇ ਰਿਪੋਰਟ ਤਿਆਰ ਕਰਕੇ ਉਹ ਉਸ ਸਮੇਂ ਦੀ ਸਰਕਾਰ, ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਨੂੰ ਰਿਪੋਰਟ ਆਪਦੀ ਸੌਂਪਣ ਗਏ ਅਤੇ ਤੁਹਾਡੇ ਯਾਦ ਹੋਏਗਾ ਉਹ ਚੀਫ ਸੈਕਟਰੀ ਦੇ ਦਫ਼ਤਰ ਦੇ ਬਾਹਰ, ਉਸ ਸਮੇਂ ਦੇ ਚੀਫ ਸੈਕਟਰੀ ਬਾਦਲ ਸਾਹਿਬ ਦੇ ਚੀਫ ਸੈਕਟਰੀ ਦੇ ਦਫ਼ਤਰ ਦੇ ਬਾਹਰ 5 ਘੰਟੇ ਬੈਠੇ ਰਹੇ। ਨਾ ਚੀਫ ਸੈਕਟਰੀ, ਨਾ ਕੋਈ ਸੈਕਟਰੀ, ਨਾ ਕੋਈ ਮੰਤਰੀ, ਨਾ ਕੋਈ ਮੁੱਖ ਮੰਤਰੀ, ਨਾ ਕੋਈ ਡਿਪਟੀ ਮੁੱਖ ਮੰਤਰੀ, ਕੋਈ ਉਹਨਾਂ ਦੀ ਰਿਪੋਰਟ ਰਿਸੀਵ ਕਰਨ ਦੇ ਲਈ ਨਹੀਂ ਆਇਆ ਅਤੇ ਅੱਕ ਕੇ, ਹਾਰ ਕੇ, ਥੱਕ ਕੇ ਉਹ ਆਪਦੀ ਰਿਪੋਰਟ ਸੀ ਜਿਹੜੀ ਉਹ ਉੱਥੋਂ ਦੇ ਇੱਕ ਛੋਟੇ ਜੂਨੀਅਰ ਆਫਿਸਰ ਨੂੰ, ਬਲਕਿ ਉਸ ਸਮੇਂ ਦੀ ਸਰਕਾਰ ਨੇ ਜਸਟਿਸ ਜ਼ੋਰਾ ਸਿੰਘ ਨੂੰ ਜ਼ਲੀਲ ਕਰਨ ਦੇ ਲਈ ਇਹ ਕਿਹਾ ਕਿ ਤੁਸੀਂ ਸਾਡੇ ਪੀਅਨ ਨੂੰ ਰਿਪੋਰਟ ਫੜਾ ਦਿਓ। ਇੱਕ ਰਿਟਾਇਰਡ ਜਸਟਿਸ, ਇੱਕ ਕੌਨਫੀਡੈਂਸ਼ੀਅਲ ਸੀਲਡ ਰਿਪੋਰਟ ਸਰਕਾਰ ਕਹਿੰਦੀ ਹੈ ਕਿ ਤੁਸੀਂ ਇੱਕ ਪੀਅਨ ਨੂੰ ਫੜਾ ਦਿਓ। ਇਸ ਤੋਂ ਵੱਡੀ ਮੈਂ ਸਮਝਦਾ ਕਿ ਸ਼ਰਮਨਾਕ ਸਟੇਟਮੈਂਟ ਉਸ ਸਮੇਂ ਦੀ ਸਰਕਾਰ ਦੀ ਨਹੀਂ ਹੋ ਸਕਦੀ ਹੈਗੀ। ਪਰ ਚਲੋ, ਉਹ ਇੱਕ ਜੂਨੀਅਰ ਆਫਿਸਰ ਨੂੰ ਆਪਦੀ ਰਿਪੋਰਟ ਹੈ ਜਿਹੜੀ ਚੀਫ ਸੈਕਟਰੀ ਦਫ਼ਤਰ ਦੇ ਬਾਹਰ ਫੜਾ ਕੇ ਚਲੇ ਗਏ ਅਤੇ ਉਸ ਤੋਂ ਬਾਅਦ ਸਰਕਾਰ ਬਦਲੀ, ਕਾਂਗਰਸ ਪਾਰਟੀ ਦੀ ਸਰਕਾਰ ਆਈ। ਕਾਂਗਰਸ ਪਾਰਟੀ ਦੀ ਸਰਕਾਰ ਨੇ ਉਹਨਾਂ ਦੀ ਰਿਪੋਰਟ ਨੂੰ ਪਬਲਿਕ ਨਹੀਂ ਕੀਤਾ ਹੈਗਾ, ਉਹ ਸੀਲਬੰਦ ਉਸੇ ਤਰੀਕੇ ਦੇ ਨਾਲ ਸਰਕਾਰੀ ਗਲਿਆਰਿਆਂ ਦੇ ਵਿੱਚ ਚੀਫ ਸੈਕਟਰੀ ਕੋਲ ਜਾਂ ਮੁੱਖ ਮੰਤਰੀ ਦੇ ਦਫ਼ਤਰ ਪਈ ਰਹੀ ਅਤੇ ਉਸ ਤੋਂ ਬਾਅਦ ਉਹਨਾਂ ਨੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਬਣਾ ਦਿੱਤਾ ਕਾਂਗਰਸ ਪਾਰਟੀ ਦੀ ਸਰਕਾਰ ਨੇ। ਅਤੇ ਇਹ ਸਾਰੀਆਂ ਗੱਲਾਂ ਜਸਟਿਸ ਰਣਜੀਤ ਸਿੰਘ ਕਮਿਸ਼ਨ ਨੇ ਆਪਦੀ ਇਨਕੁਆਇਰੀ ਕੀਤੀ ਔਰ 28 ਅਗਸਤ 2018 ਜਿਸ ਦਿਨ ਵਿਧਾਨ ਸਭਾ ਦੇ ਵਿੱਚ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਉੱਪਰ ਬਹਿਸ ਹੋਣੀ ਸੀਗੀ ਅਤੇ ਸੁਖਬੀਰ ਸਿੰਘ ਬਾਦਲ ਅਤੇ ਪੂਰਾ ਅਕਾਲੀ ਦਲ ਦਾ ਕੋਡਮੈਨ ਜਿਹੜਾ ਉਹ ਭੱਜ ਗਿਆ ਸੀਗਾ ਵਿਧਾਨ ਸਭਾ ਤੋਂ, ਅਤੇ ਉਸ ਦਿਨ ਜਸਟਿਸ ਜ਼ੋਰਾ ਸਿੰਘ ਕਮਿਸ਼ਨ ਦੀਆਂ ਰਿਪੋਰਟ ਦੀਆਂ ਫਾਈਂਡਿੰਗਸ ਦਾ ਸਾਨੂੰ ਉਦੋਂ ਤੱਕ ਨਹੀਂ ਪਤਾ ਸੀਗਾ, ਅੱਜ ਵੀ ਨਹੀਂ ਪਤਾ। ਤੁਸੀਂ ਵਿਧਾਨ ਸਭਾ ਦੀਆਂ ਪ੍ਰੋਸੀਡਿੰਗਸ ਕੱਢ ਕੇ ਦੇਖੋ, ਜਦੋਂ ਸਾਰੇ ਮੰਤਰੀ ਬੋਲ ਰਹੇ ਸੀ ਅਤੇ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਜਿਹੜੇ ਕਿ ਵਨ ਆਫ ਦਾ ਸੀਨੀਅਰ ਮੋਸਟ ਮਿਨਿਸਟਰ ਨੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੇ, ਉਹਨਾਂ ਨੇ ਖੁਦ ਆਪ ਕਿਹਾ ਕਿ ਜੇ ਅਕਾਲੀ ਦਲ ਨੂੰ ਇਹ ਲੱਗਦਾ ਕਿ ਰਣਜੀਤ ਸਿੰਘ ਕਮਿਸ਼ਨ ਕਾਂਗਰਸ ਪਾਰਟੀ ਦੀ ਸਰਕਾਰ ਦਾ ਬਣਾਇਆ ਹੋਇਆ ਅਤੇ ਕਹਿੰਦੇ ਮੈਂ ਜਸਟਿਸ ਜ਼ੋਰਾ ਸਿੰਘ ਦੀਆਂ ਫਾਈਂਡਿੰਗਸ ਨੇ ਜਿਹੜੀਆਂ ਉਹ ਤੁਹਾਨੂੰ ਦੱਸਦਾ
ਔਰ ਉਹਨਾਂ ਫਾਈਂਡਿੰਗਸ ਦੇ ਵਿੱਚ ਤੁਸੀਂ ਰਿਕਾਰਡ ਕਢਾ ਕੇ ਦੇਖੋ, ਅੱਜ ਵੀ ਵਿਧਾਨ ਸਭਾ ਦਾ 28 ਅਗਸਤ 2018 ਦਾ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਆਪ ਖੁਦ ਬਹੁਤ ਸਾਰੇ ਇੰਸਟੈਂਸਿਸ ਇਸ ਤਰ੍ਹਾਂ ਦੇ ਦੱਸੇ, ਬਹੁਤ ਸਾਰੀਆਂ ਗੱਲਾਂ, ਬਹੁਤ ਸਾਰੀਆਂ ਫਾਈਂਡਿੰਗਸ, ਬਹੁਤ ਸਾਰੇ ਤੱਥ ਇਸ ਤਰ੍ਹਾਂ ਦੇ ਦੱਸੇ ਜਿਹਦੇ ਵਿੱਚ ਇਹ ਕਲੀਅਰ ਹੁੰਦਾ ਸੀਗਾ ਕਿ ਜਸਟਿਸ ਜ਼ੋਰਾ ਸਿੰਘ ਨੇ ਵੀ ਉਸ ਸਮੇਂ ਦੀ ਸਰਕਾਰ, ਅਕਾਲੀ ਦਲ ਦੀ ਸਰਕਾਰ, ਉਹਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਉਦੋਂ ਦੇ DGP ਸੁਮੇਧ ਸਿੰਘ ਸੈਣੀ ਅਤੇ ਉਦੋਂ ਦੇ ਜਿਹੜੇ ਅਫਸਰ ਸੀਗੇ ਉਹਨਾਂ ਨੂੰ ਬੇਅਦਬੀ ਦੇ ਲਈ ਔਰ 2 ਨੌਜਵਾਨ ਭਰਾਵਾਂ ਦੇ ਕਤਲ ਦੇ ਲਈ ਦੋਸ਼ੀ ਠਹਿਰਾਇਆ ਸੀਗਾ। ਇਹ ਤ੍ਰਿਪਤ ਰਜਿੰਦਰ ਸਿੰਘ ਬਾਜਵੇ ਦੀ ਆਪਦੀ ਵਰਡਿੰਗ ਸੀ ਕਿ ਜੇ ਪਿਛਲੀ ਸਰਕਾਰ ਜਾਂ ਸਾਡੀ ਸਰਕਾਰ ਵੀ ਜੇ ਜਸਟਿਸ ਜ਼ੋਰਾ ਸਿੰਘ ਦੀ ਕਮਿਸ਼ਨ ਦੀ ਰਿਪੋਰਟ ਨੂੰ ਵੀ ਲਾਗੂ ਕਰਦੇ ਅਤੇ ਤਾਂ ਵੀ ਬਾਦਲ ਅਤੇ ਉਦੋਂ ਦੇ ਪੁਲਿਸ ਅਫਸਰ, ਦੋਸ਼ੀ ਪੁਲਿਸ ਅਫਸਰ ਨੇ ਜਿਹੜੇ ਉਹ ਹੁਣ ਤੱਕ ਜੇਲ੍ਹ ਦੇ ਵਿੱਚ ਬੰਦ ਹੁੰਦੇ। ਅਤੇ ਉਸ ਚੀਜ਼, ਉਸ ਦਿਨ ਸਾਨੂੰ ਸਾਰਿਆਂ ਨੂੰ, ਪੂਰੇ ਹਾਊਸ ਨੂੰ, ਪੰਜਾਬ ਨੂੰ ਚਾਨਣ ਹੋਇਆ ਕਿ ਜਸਟਿਸ ਜ਼ੋਰਾ ਸਿੰਘ ਨੇ ਇੱਕ ਅਜਿਹੇ ਇੰਪੈਕੇਬਲ ਰਿਕਾਰਡ ਦੇ ਵਿਅਕਤੀ ਨੇ, ਸ਼ਖਸ ਨੇ, ਜਿਨ੍ਹਾਂ ਨੇ ਆਪਦੇ ਬਣਾਏ ਹੋਏ, ਜਿਸ ਸਰਕਾਰ ਨੇ, ਬਾਦਲ ਸਰਕਾਰ ਨੇ ਉਹਨਾਂ ਨੂੰ ਕਮਿਸ਼ਨ ਬਣਾਇਆ ਸੀ, ਪਰ ਉਹ ਉਹਨਾਂ ਦੇ ਦਬਾਅ ਦੇ ਵਿੱਚ, ਉਹਨਾਂ ਦੇ ਲਾਲਚ ਦੇ ਵਿੱਚ, ਉਹਨਾਂ ਦੇ ਡਰਾਇਆਂ ਜਾਂ ਧਮਕਾਇਆਂ ਕਿਸੇ ਗੱਲ ਦੇ ਵਿੱਚ ਨਹੀਂ ਆਏ। ਅਤੇ ਇਸੇ ਕਰਕੇ ਬਾਦਲਾਂ ਨੇ ਵੀ ਜਸਟਿਸ ਜ਼ੋਰਾ ਸਿੰਘ ਦੀ ਰਿਪੋਰਟ ਨੂੰ ਡਿਸਕ੍ਰੈਡਿਟ ਕਰਨ ਦੇ ਲਈ ਚੀਫ ਸੈਕਟਰੀ ਜਾਂ ਕੋਈ ਵੱਡਾ ਅਫਸਰ ਲੈਣ ਲਈ ਨਹੀਂ ਆਇਆ ਅਤੇ ਇਸੇ ਕਰਕੇ ਉਹਨਾਂ ਨੂੰ 5 ਘੰਟੇ ਦਫ਼ਤਰ ਦੇ ਬਾਹਰ ਵੇਟ ਕਰਨੀ ਪਈ। ਇਸ ਗੱਲ ਨੂੰ ਦੀ ਪੁਸ਼ਟੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਆਪ ਵਿਧਾਨ ਸਭਾ ਦੇ ਵਿੱਚ ਕੀਤੀ। ਸੋ ਮੈਂ ਸਮਝਦਾ ਕਿ ਅਜਿਹਾ ਵਿਅਕਤੀ ਜਿਹੜਾ ਕਿਸੇ ਦੇ ਡਰਾਇਆਂ ਧਮਕਾਇਆਂ, ਆਪਦੇ ਜਿਹੜੇ ਬੋਸਿਸ ਨੇ ਜਿਨ੍ਹਾਂ ਨੇ ਉਹਨਾਂ ਨੂੰ ਕਮਿਸ਼ਨ ਦਾ ਹੈੱਡ ਬਣਾਇਆ ਹੋਵੇ ਅਤੇ ਜੇ ਉਹ ਉਹਨਾਂ ਦੇ ਵੀ ਦਬਾਅ ਦੇ ਵਿੱਚ ਨਹੀਂ ਆਏ ਤਾਂ ਮੈਂ ਸਮਝਦਾ ਕਿ ਅਜਿਹੇ ਸਾਫ਼ ਸੁਥਰੇ, ਦਮਦਾਰ ਔਰ ਚੰਗੇ ਅਕਸ ਵਾਲੇ ਲੋਕ ਨੇ ਜਿਹੜੇ, ਉਹਨਾਂ ਦੀ ਆਮ ਆਦਮੀ ਪਾਰਟੀ ਨੂੰ ਜ਼ਰੂਰਤ ਸੀ, ਹੈ ਅਤੇ ਹਮੇਸ਼ਾ ਰਹੂਗੀ। ਪਰ ਨਾਲ ਹੀ ਮੈਂ ਅੱਜ ਇੱਥੇ ਇਹ ਵੀ ਕਹਿਣਾ ਚਾਹੂੰਗਾ ਕਿ ਕੁਛ ਸਾਡੇ ਸਤਿਕਾਰਯੋਗ ਸਾਥੀ ਜਿਹੜੇ ਕਿ ਸਿਰਫ ਔਰ ਸਿਰਫ ਚਿੱਕੜ ਉਛਾਲੀ ਦੀ ਰਾਜਨੀਤੀ ਦੇ ਵਿੱਚ, ਆਪਦੀਆਂ ਸਿਆਸੀ ਰੋਟੀਆਂ ਸੇਕਣ ਦੇ ਵਿੱਚ ਅਜਿਹੇ ਇੰਪੈਕੇਬਲ ਰਿਕਾਰਡ ਦੇ ਇਮਾਨਦਾਰ ਵਿਅਕਤੀ ਨੂੰ ਵੀ ਨਹੀਂ ਬਖਸ਼ਦੇ ਹੈਗੇ, ਉਹ ਅੱਜ ਕੋਈ ਗੱਲਾਂ ਕਰ ਰਹੇ ਨੇ ਕਿ ਜੀ ਇਹ ਤਾਂ ਜਸਟਿਸ ਜ਼ੋਰਾ ਸਿੰਘ ਤਾਂ ਬਾਦਲਾਂ ਦਾ ਹੱਥ ਠੋਕ ਹੈ, ਇਹ ਤਾਂ ਉਹਨਾਂ ਦਾ ਟੀਮ ਮੈਂਬਰ ਹੈ, ਇਸ ਕਰਕੇ ਬਣਾਇਆ ਸੀਗਾ। ਅਤੇ ਉਹ ਇਹ ਭੁੱਲ ਗਏ, ਆਪ ਉਸ ਦਿਨ ਵਿਧਾਨ ਸਭਾ ਦੇ ਵਿੱਚ ਬੈਠੇ ਸੀਗੇ ਜਿਸ ਦਿਨ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਸਟੇਟਮੈਂਟ ਦਿੱਤੀ ਹੈ। ਕਿ ਮੈਂ ਇਹ ਗੱਲ ਸੁਖਪਾਲ ਸਿੰਘ ਖਹਿਰਾ ਜੀ ਦੀ ਕਰਦਾ ਜੀ, ਸਾਡੇ ਐਕਸ ਲੀਡਰ ਆਫ ਓਪੋਜੀਸ਼ਨ ਨੇ, ਮੈਂ ਉਹਨਾਂ ਨੂੰ, ਉਹਨਾਂ ਦਾ ਮੈਂ ਸਤਿਕਾਰ ਕਰਦਾ, ਪਰ ਮੈਂ ਉਹਨਾਂ ਨੂੰ ਅੱਜ ਕਹਿਣਾ ਚਾਹੂੰਗਾ ਕਿ ਉਹਨਾਂ ਨੇ ਕਈ ਗੱਲਾਂ, 3-4 ਚੀਜ਼ਾਂ ਨੇ ਜਿਹੜੀਆਂ ਉਹ ਜਸਟਿਸ ਜ਼ੋਰਾ ਸਿੰਘ ਬਾਰੇ ਕਹੀਆਂ ਨੇ। ਇੱਕ ਕਿ ਜਸਟਿਸ ਜ਼ੋਰਾ ਸਿੰਘ ਬਾਦਲਾਂ ਦੇ ਹੱਥ ਟੋਕੇ ਨੇ, ਜੇ ਬਾਦਲਾਂ ਦੇ ਹੱਥ ਟੋਕੇ ਹੁੰਦੇ ਤਾਂ ਫਿਰ ਰਿਪੋਰਟ ਦੇ ਵਿੱਚ ਬਾਦਲਾਂ ਨੂੰ ਬਚਾਇਆ ਹੁੰਦਾ, ਅਤੇ ਜੇ ਬਾਦਲਾਂ ਨੂੰ ਬਚਾਇਆ ਹੁੰਦਾ ਤਾਂ ਉਸੇ ਦਿਨ ਹੀ 30 ਜੂਨ 2016 ਨੂੰ ਬਾਦਲਾਂ ਨੇ ਉਹ ਰਿਪੋਰਟ ਪਬਲਿਕ ਕੀਤੀ ਹੁੰਦੀ ਅਤੇ ਆਪ ਪਾਕ ਸਾਫ਼ ਹੋ ਕੇ ਉਸ ਰਿਪੋਰਟ ਦੇ ਸਿਰ ਦੇ ਉੱਪਰ, ਉਸ ਰਿਪੋਰਟ ਨੂੰ ਮੁੱਢ ਮੰਨ ਕੇ ਉਹ ਆਪ ਬਾਹਰ ਨਿਕਲ ਗਏ ਹੁੰਦੇ, ਪਰ ਨਹੀਂ ਸੀਗੇ ਪਾਕ ਸਾਹਿਬ। ਇਸੇ ਕਰਕੇ ਜਸਟਿਸ ਜ਼ੋਰਾ ਸਿੰਘ ਨੇ ਉਹਨਾਂ ਨੂੰ ਕੰਡੈਮ ਕੀਤਾ। ਅਤੇ ਇਹ ਗੱਲਾਂ ਮੈਨੂੰ ਸੁਖਪਾਲ ਸਿੰਘ ਖਹਿਰਾ ਜੀ ਸਾਡੇ ਸਾਥੀ ਰਹੇ ਨੇ, ਪਰ ਮੈਨੂੰ ਅਫਸੋਸ ਹੋਇਆ ਜਦੋਂ ਮੈਂ ਅੱਜ ਉਹਨਾਂ ਦੇ ਇੱਕ ਲਾਈਵ ਵੀਡੀਓ ਦੇਖਿਆ ਕਿ ਉਹ ਅਜਿਹੇ ਵਿਅਕਤੀ ਨੂੰ ਵੀ ਹੱਥ ਠੋਕਾ ਕਹਿ ਰਹੇ ਨੇ। ਇਹ ਕਿਹਾ ਜਾ ਰਿਹਾ ਸੁਖਪਾਲ ਸਿੰਘ ਖਹਿਰਾ ਜੀ ਵੱਲੋਂ ਜਸਟਿਸ ਜ਼ੋਰਾ ਸਿੰਘ ਦੇ ਬਾਰੇ ਕਿ ਇਹ ਬਾਦਲਾਂ ਦਾ ਹੱਥ ਟੋਕਾ ਹੈ, ਇਹ ਆਮ ਆਦਮੀ ਪਾਰਟੀ ਦੇ ਦਾ ਸਿਆਸੀ ਦਿਵਾਲੀਆਪਨ ਹੈ, ਇਹ ਅਜਿਹੇ ਦਿਵਾਲੀਆਪਨ ਦੀ ਉਹਨਾਂ ਨੇ ਗੱਲ ਕੀਤੀ ਹੈ। 0+0=0 ਦੀ ਉਹਨਾਂ ਨੇ ਐਗਜ਼ਾਮਪਲ ਦਿੱਤੀ ਹੈ। ਮੈਂ ਖਹਿਰਾ ਸਾਹਿਬ ਨੂੰ ਬੇਨਤੀ ਕਰਨੀ ਚਾਹੂੰਗਾ, ਉਹਨਾਂ ਨੂੰ ਕਹਿਣਾ ਚਾਹੂੰਗਾ ਕਿ ਖਹਿਰਾ ਸਾਹਿਬ ਇਹ ਉਹੀ 0 ਹੈ, ਅਸੀਂ ਸਤਿਕਾਰ ਕਰਦੇ ਹਾਂ ਤੁਹਾਡਾ, ਪਰ ਇੰਨੀ ਛੋਟੀ, ਇੰਨੇ ਨਿਚਲੇ ਲੈਵਲ ਦੀ ਔਰ ਇੰਨੀ ਚਿੱਕੜ ਉਛਾਲੀ ਦੀ, ਹਰ ਸਮੇਂ ਮੰਦਾ ਚੰਗਾ ਬੋਲਣ ਵਾਲੀ ਜਾਂ ਮਾੜਾ ਬੋਲਣ ਵਾਲੀ ਜਾਂ ਕੰਡੈਮ ਕਰਨ ਵਾਲੀ ਜਾਂ ਹਰੇਕ ਜਗ੍ਹਾ ਸਿੰਘ ਫਸਾਉਣ ਵਾਲੀ ਰਾਜਨੀਤੀ ਹੈ ਜਿਹੜੀ, ਇਹ ਨੈਗੇਟਿਵ ਪੋਲੀਟਿਕਸ ਹੁੰਦੀ ਹੈ। ਨੈਗੇਟਿਵ ਪੋਲੀਟਿਕਸ ਨਾਲ ਬੰਦਾ ਕੋਈ ਬਹੁਤਾ ਲੰਮਾ ਸਮਾਂ ਅੱਗੇ ਨਹੀਂ ਵੱਧ ਸਕਦਾ ਹੈਗਾ, ਗੱਲ ਪੋਜ਼ਿਟਿਵ ਮੁੱਦਿਆਂ ਦੇ ਉੱਪਰ ਕਰਨੀ ਚਾਹੀਦੀ ਹੈ। 0+0 ਦੀ ਉਹਨਾਂ ਨੇ ਗੱਲ ਕੀਤੀ ਹੈ, ਇਹ ਉਹੀ 0 ਹੈ, ਉਸ ਆਮ ਆਦਮੀ ਪਾਰਟੀ ਨੂੰ ਇਹ 0 ਦੱਸ ਰਹੇ ਨੇ ਜਿਸ 0 ਦੀ ਬਾਂਹ ਫੜ ਕੇ, ਝਾੜੂ ਫੜ ਕੇ
ਉਹ ਪਾਰਟੀ ਦੇ ਵਿੱਚ ਆਏ, ਪਾਰਟੀ ਦੇ ਸਪੋਕਸਪਰਸਨ ਬਣੇ, ਪਾਰਟੀ ਦੇ ਚੀਫ ਵਿਪ ਬਣੇ, ਪਾਰਟੀ ਤੋਂ ਟਿਕਟ ਮਿਲੀ, ਪਾਰਟੀ ਤੋਂ MLA ਬਣੇ, ਪਾਰਟੀ ਤੋਂ MLA ਬਣਨ ਤੋਂ ਬਾਅਦ ਲੀਡਰ ਆਫ ਆਪੋਜੀਸ਼ਨ ਬਣੇ। ਇਹ ਉਸੇ ਜ਼ੀਰੋ ਨੇ ਜਿਹਨੂੰ ਅੱਜ ਸੁਖਪਾਲ ਸਿੰਘ ਖਹਿਰਾ ਜੀ ਜ਼ੀਰੋ ਕਹਿ ਰਹੇ ਨੇ, ਉਸੇ ਜ਼ੀਰੋ ਨੇ ਸੁਖਪਾਲ ਸਿੰਘ ਖਹਿਰਾ ਨੂੰ ਹੀਰੋ ਬਣਾਇਆ। ਮੈਂ ਉਸ ਦਿਨ ਖਹਿਰਾ ਸਾਹਿਬ ਨੂੰ ਮੰਨੂੰਗਾ ਜਿਸ ਦਿਨ ਉਹ ਇਸ ਜ਼ੀਰੋ ਨੂੰ ਛੱਡ ਕੇ MLAship ਤੋਂ ਰਿਜ਼ਾਈਨ ਕਰਕੇ ਆਪ ਹੀਰੋ ਬਣ ਜਾਣਗੇ, ਆਪਦੀ ਪਾਰਟੀ ਬਣਾ ਕੇ ਉਸ ਦਿਨ ਹੀਰੋ ਮੰਨੂੰਗਾ। ਸੋ ਮੇਰੀ ਉਹਨਾਂ ਨੂੰ ਛੋਟਾ ਭਰਾ ਹੋਣ ਦੇ ਨਾਤੇ ਮੈਂ ਪਹਿਲਾਂ ਵੀ ਕਈ ਵਾਰੀ ਉਹਨਾਂ ਨੂੰ ਸਮਝਾਇਆ, ਮੈਂ ਹਮੇਸ਼ਾ ਚੁੱਪ ਰਿਹਾ ਇਸ ਇਸ਼ੂ ਦੇ ਉੱਪਰ। ਮੈਂ ਨਹੀਂ ਸਮਝਦਾ ਹੈਗਾ ਕਿ ਬਹੁਤ ਕੌਨਫਲਿਕਟ ਦੇ ਵਿੱਚ ਪੈ ਕੇ ਕੋਈ ਬੰਦਾ ਵੱਡਾ ਹੁੰਦਾ, ਪਰ ਮੈਂ ਅੱਜ ਉਹਨਾਂ ਨੂੰ ਇੱਕ ਰਾਏ ਦੇਣੀ ਚਾਹੂੰਗਾ ਕਿ ਹਰੇਕ ਜਗ੍ਹਾ ਸਿੰਘ ਫਸਾ ਕੇ ਨੈਗੇਟਿਵ ਪੋਲੀਟਿਕਸ ਕਰਕੇ ਕੋਈ ਬੰਦਾ ਅੱਗੇ ਨਹੀਂ ਵੱਧ ਸਕਦਾ। ਉਹਨਾਂ ਨੇ ਹੋਰ ਬੜੀਆਂ ਗੱਲਾਂ ਕਹੀਆਂ ਕਿ ਜਸਟਿਸ ਜ਼ੋਰਾ ਸਿੰਘ ਨੇ ਕੁਛ ਭੱਤੇ ਲੈਣ ਦੇ ਲਈ, ਗੱਡੀ ਲੈਣ ਦੇ ਲਈ, ਡਰਾਈਵਰ ਲੈਣ ਦੇ ਲਈ, ਜਾਂ ਸਰਕਾਰੀ ਦਫ਼ਤਰ ਲੈਣ ਦੇ ਲਈ, ਜਾਂ ਤਨਖਾਹ ਲੈਣ ਦੇ ਲਈ ਉਹਨਾਂ ਨੇ ਕਮਿਸ਼ਨ ਦਾ ਹੈੱਡ ਬਣਨਾ ਮਨਜ਼ੂਰ ਕਰ ਲਿਆ। ਅਤੇ ਖਹਿਰਾ ਸਾਹਿਬ, ਮੈਂ ਤੁਹਾਡੇ ਤੋਂ ਬੜੇ ਅਦਬ ਨਾਲ ਇਹ ਪੁੱਛਣਾ ਚਾਹੁੰਦਾ ਕਿ ਜੇ ਜਸਟਿਸ ਜ਼ੋਰਾ ਸਿੰਘ ਨੇ ਇਹ ਭੱਤਿਆਂ ਵਾਸਤੇ, ਤਨਖਾਹ ਵਾਸਤੇ, ਗੱਡੀ ਵਾਸਤੇ ਜੇ ਸਾਰਾ ਕੁਝ ਮਨਜ਼ੂਰ ਕਰ ਲਿਆ, ਅਤੇ ਇਹ ਗੱਲ ਤਾਂ ਫਿਰ ਜਸਟਿਸ ਰਣਜੀਤ ਸਿੰਘ ਜੀਆਂ ਦੇ ਉੱਪਰ ਵੀ ਲਾਗੂ ਹੁੰਦੀ ਹੈ। ਜਾਂ ਤਾਂ ਜਸਟਿਸ ਰਣਜੀਤ ਸਿੰਘ ਜਾਂ ਖਹਿਰਾ ਸਾਹਿਬ ਇਹ ਸਪਸ਼ਟ ਕਰਨ ਕਿ ਜਸਟਿਸ ਰਣਜੀਤ ਸਿੰਘ ਹੋਣਾ ਨੇ ਜਦੋਂ ਕਮਿਸ਼ਨ ਦੇ ਹੈੱਡ ਸੀਗੇ ਉਦੋਂ ਉਹਨਾਂ ਨੇ ਭੱਤੇ ਜਾਂ ਤਨਖਾਹਾਂ ਜਾਂ ਗੱਡੀ ਨਹੀਂ ਲਈ ਹੈਗੀ। ਅਸੀਂ ਜਸਟਿਸ ਰਣਜੀਤ ਸਿੰਘ ਦਾ ਵੀ ਸਤਿਕਾਰ ਕਰਦੇ ਹਾਂ। ਸਵਾਲ ਕਰਨ ਲੱਗ ਜੇ, ਸਵਾਲ ਬਹੁਤ ਨੇ। ਸਵਾਲ ਤਾਂ ਜੇ ਮੈਂ ਪੁੱਛਾਂ ਤਾਂ ਜਸਟਿਸ ਰਣਜੀਤ ਸਿੰਘ ਤੋਂ ਅੱਜ ਇਹ ਵੀ ਬਣਦਾ ਕਿ ਜਿਹੜਾ ਜਸਟਿਸ ਰਣਜੀਤ ਸਿੰਘ ਜਾਂ ਜਸਟਿਸ ਜ਼ੋਰਾ ਸਿੰਘ ਕਮਿਸ਼ਨ ਬਣਿਆ ਸੀਗਾ, ਇਹ ਬਣਿਆ ਸੀਗਾ ਕਮਿਸ਼ਨ ਆਫ ਇਨਕੁਆਇਰੀ ਐਕਟ 1952 ਦੇ ਤਹਿਤ। ਕਮਿਸ਼ਨ ਆਫ ਇਨਕੁਆਇਰੀ ਐਕਟ 1952 ਦਾ ਸੈਕਸ਼ਨ 4A ਕਹਿੰਦਾ ਕਿ ਇਹ ਇੱਕ ਸਿਵਲ ਕੋਰਟ ਹੈ, ਅਤੇ ਸਿਵਲ ਕੋਰਟ ਦੇ ਵਿੱਚ ਜੇ ਕੋਈ ਨਹੀਂ ਪੇਸ਼ ਹੁੰਦਾ ਸਮਨਿੰਗ ਤੋਂ ਬਾਅਦ, ਅਤੇ ਉਹਨੂੰ ਕੰਟੈਂਪਟ ਆਫ ਕੋਰਟ ਮੰਨੀ ਜਾਣੀ ਚਾਹੀਦੀ ਹੈ। ਅਤੇ ਉਸੇ 1952 ਦਾ ਐਕਟ ਹੈ ਜਿਹੜਾ, ਉਹਦਾ ਸੈਕਸ਼ਨ 5(2) ਕਹਿੰਦਾ ਕਿ ਜਿਹੜੀ ਇਸ ਕਮਿਸ਼ਨ ਨੂੰ ਜੇ ਨਹੀਂ ਕੋਈ ਮੰਨਦਾ ਹੈਗਾ ਤਾਂ ਚਾਹੇ ਜਿੰਨਾ ਮਰਜ਼ੀ ਪ੍ਰਿਵਿਲੇਜਡ ਬੰਦਾ ਹੋਵੇ, ਚਾਹੇ ਮੁੱਖ ਮੰਤਰੀ ਜਾਂ ਪ੍ਰਧਾਨ ਮੰਤਰੀ ਕਿਉਂ ਨਾ ਹੋਵੇ, ਉਹਨੂੰ ਪੁਲਿਸ ਜਾ ਕੇ ਜੇ ਸੰਮਨ ਕਰਦੀ ਹੈ ਤਾਂ ਚੱਕ ਕੇ ਲਿਆਂਦਾ ਜਾਣਾ ਚਾਹੀਦਾ। ਅਤੇ ਫਿਰ ਤਾਂ ਸਵਾਲ ਜਸਟਿਸ ਰਣਜੀਤ ਸਿੰਘ ਜੀ ਦੇ ਕਮਿਸ਼ਨ ਤੋਂ ਇਹ ਵੀ ਕਰਨਾ ਬਣਦਾ ਕਿ ਕਿਉਂ ਉਹਨਾਂ ਨੇ ਆਪਦੀਆਂ ਪਾਵਰਾਂ ਨਾ ਵਰਤ ਕੇ, ਕਿਉਂ ਬਾਦਲਾਂ ਨੂੰ ਅਤੇ ਸੁਮੇਧ ਸਿੰਘ ਸੈਣੀ ਨੂੰ ਕਿਉਂ ਨਹੀਂ ਚੁਕਾਇਆ ਹੈਗਾ, ਕਿਉਂ 3-4 ਵਾਰ ਨੋਟਿਸ ਦਿੱਤੇ ਪਰ ਉਹ ਨਹੀਂ ਆਏ ਹੈਗੇ। ਇਹਦਾ ਮਤਲਬ ਜਸਟਿਸ ਰਣਜੀਤ ਸਿੰਘ ਵੀ ਕੋਈ ਲਿਹਾਜ਼ ਕਰ ਗਏ ਸੀ ਬਾਦਲਾਂ ਨਾਲ ਜਾਂ ਸੁਮੇਧ ਸਿੰਘ ਸੈਣੀ ਨਾਲ। ਮੈਂ ਇਹਨਾਂ ਗੱਲਾਂ ਦੇ ਵਿੱਚ ਨਹੀਂ ਪੈਣਾ ਚਾਹੁੰਦਾ ਸੀਗਾ, ਅਸੀਂ ਅੱਜ ਵੀ ਨਹੀਂ ਪੈਣਾ ਚਾਹੁੰਦੇ, ਨਾ ਪਾਰਟੀ ਪੈਣਾ ਚਾਹੁੰਦੀ ਹੈ, ਪਰ ਮੈਂ ਸਿਰਫ ਅਸੀਂ ਜਸਟਿਸ ਰਣਜੀਤ ਸਿੰਘ ਜੀ ਦਾ ਵੀ ਉਨਾ ਹੀ ਸਤਿਕਾਰ ਕਰਦੇ ਹਾਂ, ਚਾਹੇ ਉਹਨਾਂ ਨੇ ਪੱਤੇ ਲਏ ਨੇ ਕਿ ਨਹੀਂ ਲਏ, ਉਹਨਾਂ ਦਾ ਵੀ ਉਨਾ ਹੀ ਸਤਿਕਾਰ ਕਰਦੇ ਜਿੰਨਾ ਜਸਟਿਸ ਜ਼ੋਰਾ ਸਿੰਘ ਦਾ ਕਰਦੇ ਹਾਂ। ਮੇਰੇ ਕਹਿਣ ਦਾ ਮਤਲਬ ਸਿਰਫ ਔਰ ਸਿਰਫ ਇੰਨਾ ਕਿ ਇਸ ਛੋਟੇ ਹਲਕੇ ਲੈਵਲ ਦੀ ਰਾਜਨੀਤੀ, ਇਹ ਠੀਕ ਹੈ ਕਿ ਉਹਨਾਂ ਨੂੰ ਹੋ ਸਕਦਾ ਕੋਈ ਕਿਸੇ ਤਰ੍ਹਾਂ ਦੀ ਫਰਸਟ੍ਰੇਸ਼ਨ ਹੋਵੇ ਕਿ ਆਮ ਆਦਮੀ ਪਾਰਟੀ ਦਾ ਮੁੜ ਕਿਉਂ ਦੁਬਾਰਾ ਜਿਹੜਾ ਹਵਾ ਆਮ ਆਦਮੀ ਪਾਰਟੀ ਦੇ ਫੇਵਰ ਦੇ ਵਿੱਚ ਚੱਲਣੀ ਸ਼ੁਰੂ ਹੋ ਰਹੀ ਹੈ, ਕਿਉਂ ਉਹਨਾਂ ਦੇ ਖੇਮੇ ਦੇ ਜਿਹੜੇ MLA ਨੇ ਉਹ ਕਿਉਂ ਮੁੜ ਕੇ ਘਰ ਵਾਪਸੀ ਕਰ ਰਹੇ ਨੇ। ਹੋ ਸਕਦਾ ਇਸ ਤਰ੍ਹਾਂ ਦੀ ਕੋਈ ਫਰਸਟ੍ਰੇਸ਼ਨ ਹੋਵੇ, ਪਰ ਫਿਰ ਵੀ ਇਹ ਚੀਜ਼ਾਂ ਕਿਸੇ ਵਿਅਕਤੀ ਦੇ ਅਗੇਂਸਟ, ਕਿਸੇ ਰਿਸਪੈਕਟੇਬਲ ਬੰਦੇ ਦੇ ਅਗੇਂਸਟ ਬਿਨਾਂ ਸਿਰ ਪੈਰ ਦੀਆਂ ਗੱਲਾਂ ਕਰਨੀਆਂ, ਚਿੱਕੜ ਉਛਾਲੀ ਕਰਨੀਆਂ, ਘਟੀਆ ਇਲਜ਼ਾਮ ਲਾਉਣੇ, ਕਿਸੇ ਨੂੰ ਹੱਥ ਟੋਕਾ ਕਹਿਤਾ, ਕਿਸੇ ਨੂੰ ਹੈਂਚਮੈਨ ਕਹਿਤਾ, ਕਿਸੇ ਨੂੰ ਦਲਾਲ ਕਹਿਤਾ, ਕਿਸੇ ਨੂੰ ਕੁਛ ਕਹਿਤਾ, ਕਿਸੇ ਨੂੰ ਕੁਛ ਕਹਿਤਾ, ਇਹ ਬਹੁਤ ਨਿਚਲੇ ਪੱਧਰ ਦੀ ਰਾਜਨੀਤੀ ਹੈ। ਮੈਂ ਸਮਝਦਾ ਕਿ ਕਿਸੇ ਵੀ ਕੱਦਾਵਰ ਸੀਨੀਅਰ ਅਤੇ ਗੈਰਤਮੰਦ ਔਰ ਸੁਲਝੇ ਹੋਏ ਲੀਡਰ ਦੇ ਮੂੰਹੋਂ ਅਜਿਹੇ ਸ਼ਬਦ ਨੇ ਜਿਹੜੇ ਉਹ ਨਹੀਂ ਸ਼ੋਭਾ ਦਿੰਦੇ ਹੈਗੇ। ਫਿਰ ਵੀ ਆਲ ਸੈਡ ਐਂਡ ਡਨ, ਅਸੀਂ ਪੋਜ਼ੀਟਿਵ ਰਾਜਨੀਤੀ ਕਰਨ ਲਈ ਆਇਆ ਅਤੇ ਪੋਜ਼ੀਟਿਵ ਏਜੰਡਾ ਜਿਹੜਾ ਉਹ ਲੈ ਕੇ ਅਗਲੇ ਦਿਨਾਂ ਦੇ ਵਿੱਚ ਚੱਲਾਂਗੇ। ਅਤੇ ਮੈਂ ਸਮਝਦਾ ਕਿ ਜਸਟਿਸ ਜ਼ੋਰਾ ਸਿੰਘ ਦੀ ਇਸ ਜੁਆਇਨਿੰਗ ਦੇ ਨਾਲ ਆਮ ਆਦਮੀ ਪਾਰਟੀ ਨੂੰ ਡੈਫੀਨੇਟਲੀ ਇੱਕ ਬਹੁਤ ਵੱਡਾ ਬੂਸਟ ਹੈ ਜਿਹੜਾ ਉਹ ਮਿਲਿਆ, ਔਰ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਦੇਖੋਗੇ ਕਿ ਹੋਰ ਜਿਹੜੇ ਚੰਗੇ ਲੋਕ ਨੇ ਸਮਾਜ ਦੇ ਵਿੱਚ ਬੈਠੇ ਹੋਏ ਉਹ ਆਮ ਆਦਮੀ ਪਾਰਟੀ ਨੂੰ ਜੁਆਇਨ ਕਰਨਗੇ। ਮੈਂ ਖਹਿਰਾ ਸਾਹਿਬ ਨੂੰ ਮੈਂ ਬਹੁਤ ਸਤਿਕਾਰ ਕਰਦਾ, ਮੈਂ ਉਹਨਾਂ ਨੂੰ ਹਮੇਸ਼ਾ ਭਾਅ ਜੀ ਕਹਿਣਾ, ਮੇਰੇ ਵੱਡੇ ਭਰਾ ਨੇ। ਮੈਂ ਉਹਨਾਂ ਨੂੰ ਇਹੀ ਬੇਨਤੀ ਕਰੂੰਗਾ ਕਿ ਤੁਸੀਂ ਸਾਰਾ ਕੁਛ ਭੁੱਲ ਕੇ ਪਾਰਟੀ ਦਾ ਚੀਫ ਸਪੋਕਸਪਰਸਨ, ਪਾਰਟੀ ਦੀ ਟਿਕਟ, ਪਾਰਟੀ ਦੀ MLAship, ਪਾਰਟੀ ਦਾ LOPship, ਤੁਸੀਂ ਸਾਰਾ ਕੁਛ ਭੁੱਲ ਕੇ ਤੁਸੀਂ
ਅੱਜ ਨਵਾਂ ਰਾਹ ਚੁਣਿਆ, ਭੁੱਲਣਾ ਨਹੀਂ ਚਾਹੀਦਾ ਹੈਗਾ। ਮੈਂ ਸਮਝਦਾ ਕਿ ਬੰਦੇ ਨੂੰ ਕਦੇ ਵੀ ਕਿਰਤਘਣ ਨਹੀਂ ਹੋਣਾ ਚਾਹੀਦਾ ਹੈਗਾ। ਤੁਸੀਂ ਅੱਜ ਨਵਾਂ ਰਾਹ ਚੁਣਿਆ ਸਾਨੂੰ, ਅਸੀਂ ਤੁਹਾਡੇ ਕਿਸੇ ਗੱਲ 'ਤੇ, ਕਿਸੇ ਫੈਸਲੇ 'ਤੇ, ਕਿਸੇ ਸਵਾਲ 'ਤੇ ਅਸੀਂ ਕਿੰਤੂ ਪਰੰਤੂ ਨਹੀਂ ਕਰਦੇ ਹੈਗੇ। ਤੁਸੀਂ ਆਪਦਾ ਨਵਾਂ ਰਾਹ ਚੁਣਿਆ, ਤੁਹਾਨੂੰ ਨਵਾਂ ਰਾਹ ਮੁਬਾਰਕ। ਪਰਮਾਤਮਾ ਤੁਹਾਨੂੰ ਮੈਂ ਸਮਝਦਾ ਕਿ ਕਾਮਯਾਬੀਆਂ ਬਖਸ਼ੇ, ਪਰ ਇਹ ਤਾਂ ਹੀ ਹੁੰਦਾ ਹੁੰਦਾ ਜੇ ਪੋਜ਼ਿਟਿਵ ਆਪਾਂ ਰਾਜਨੀਤੀ ਕਰਾਂਗੇ। ਚਿੱਕੜ ਉਛਾਲੀ ਔਰ ਨੈਗੇਟਿਵ ਰਾਜਨੀਤੀ ਜਿਹੜੀ ਉਹ ਨਹੀਂ ਕਰਨੀ ਚਾਹੀਦੀ ਹੈਗੀ। ਸੋ ਇਹ ਚੀਜ਼ਾਂ ਨੇ ਜਿਹੜੀਆਂ ਮੈਂ ਅੱਜ ਤੁਹਾਡੇ ਨਾਲ ਸ਼ੇਅਰ ਕਰਨੇ ਚਾਹੁੰਦਾ ਸੀਗਾ। ਮੈਂ ਸਮਝਦਾ ਕਿ ਇੰਨੀਆਂ ਕੁ ਗੱਲਾਂ ਉਹਨਾਂ ਨੇ ਹੋਰ ਵੀ ਬਹੁਤ ਕੀਤੀਆਂ ਨੇ, ਮੈਂ ਹਮੇਸ਼ਾ ਇਸ ਕਰਕੇ ਚੁੱਪ ਰਿਹਾ ਕਿ ਕਿਉਂਕਿ ਅੰਦਰਲੀਆਂ ਗੱਲਾਂ ਕਰਨ ਦਾ ਅੱਜ ਵੀ ਜੇ ਹੁਣ ਮੈਂ ਪਿਛਲੇ ਬੈਕਗਰਾਊਂਡ ਦੇ ਵਿੱਚ ਸਾਲ ਸਵਾ ਸਾਲ ਦੇ ਵਿੱਚ ਜਾਈਏ, ਅਤੇ ਉਹਨਾਂ ਨੇ ਤਾਂ ਹਮੇਸ਼ਾ ਲਾਈਵ ਹੋ ਕੇ ਜਾਂ ਕਨਵੈਨਸ਼ਨਾਂ ਕਰਕੇ ਜਾਂ ਸਟੇਜਿਸ ਦੇ ਉੱਪਰ ਉਹਨਾਂ ਨੇ ਬਹੁਤ ਕੁਛ ਪਾਰਟੀ ਅਤੇ ਪਾਰਟੀ ਦੀ ਲੀਡਰਸ਼ਿਪ ਬਾਰੇ ਚੰਗਾ ਬੰਦਾ ਕਹਿੰਦੇ ਰਹੇ ਨੇ, ਪਰ ਅੰਦਰਲੀਆਂ ਗੱਲਾਂ ਜੇ ਅਸੀਂ ਆਪਦਾ ਢਿੱਡ ਖਰੋਲਣ ਲੱਗ ਜਾਈਏ ਤਾਂ ਮੈਂ ਸਮਝਦਾ ਕਿ ਸ਼ਾਇਦ ਉਹਨਾਂ ਨੂੰ ਕੋਈ ਜਵਾਬ ਨਾ ਥੇ ਆਵੇ। ਉਹਨਾਂ ਗੱਲਾਂ ਦੇ ਵਿੱਚ ਮੈਂ ਨਹੀਂ ਜਾਣਾ ਹੈਗਾ। ਸਿਰਫ ਔਰ ਸਿਰਫ ਵੰਸ ਫੋਰ ਆਲ, ਫਸਟ ਐਂਡ ਲਾਸਟ ਟਾਈਮ, ਸ਼ਾਇਦ ਇਸ ਤੋਂ ਮਗਰੋਂ ਉਹ ਜੋ ਮਰਜ਼ੀ ਕਰੀ ਜਾਣ। ਮੈਂ ਸੋਚਿਆ ਕਿ ਮੇਰਾ ਰਾਈਟ ਬਣਦਾ, ਡਿਊਟੀ ਬਣਦੀ ਹੈ, ਫਰਜ਼ ਬਣਦਾ ਕਿ ਉਹਨਾਂ ਨੂੰ ਵੀ ਬੇਨਤੀ ਵੀ ਕਰੀਏ, ਵਾਰਨ ਵੀ ਕਰੀਏ, ਸਮਝਾਈਏ ਵੀ ਕਿ ਪੋਜ਼ਿਟਿਵ ਰਾਜਨੀਤੀ ਕਰੋ, ਨੈਗੇਟਿਵ ਚਿੱਕੜ ਛਾਲੀ ਨਾਲ ਕੁਛ ਨਹੀਂ ਲੱਭਣਾ ਹੈਗਾ। ਅੰਦਰਲੀਆਂ ਗੱਲਾਂ ਜੇ ਫਰੋਣ ਲੱਗ ਜਾਈਏ ਤਾਂ ਸ਼ਾਇਦ ਉਹਨਾਂ ਨੂੰ ਜਵਾਬ ਵੀ ਨਹੀਂ ਆਉਣੇ ਹੈਗੇ। ਇੰਨੀਆਂ ਕੁ ਗੱਲਾਂ ਦੇ ਰਾਜ਼ਦਾਰ ਹਾਂ ਅਸੀਂ। ਸੋ ਇਸ ਕਰਕੇ ਇਸ ਜੁਆਇਨਿੰਗ ਦੇ ਨਾਲ ਆਮ ਆਦਮੀ ਪਾਰਟੀ ਨੂੰ ਡੈਫੀਨੇਟਲੀ ਇੱਕ ਬੂਸਟ ਮਿਲੇ, ਔਰ ਸਾਡਾ ਇੱਕ ਭਰਾ ਜੈ ਕਿਸ਼ਨ ਰੋੜੀ, ਉਹ ਜਿਹੜੇ ਕਿ ਜਿਵੇਂ ਕਿਹਾ ਜਾਂਦਾ ਕਿ ਸਵੇਰ ਨੂੰ ਘਰ ਮੁੜਿਆ ਆਵੇ ਅਤੇ ਉਹਨੂੰ ਭੁੱਲਿਆ ਨਹੀਂ ਕਹਿੰਦੇ ਹੈਗੇ, ਉਹ ਘਰ ਵਾਪਸ ਆਏ ਨੇ। ਔਰ ਮੈਂ ਸਮਝਦਾ ਕਿ ਬਾਕੀ ਸਾਥੀਆਂ ਦੇ ਵਿੱਚ ਵੀ ਜਿਹੜੇ ਕਿਸੇ ਪ੍ਰੈਸ਼ਰ ਦੇ ਵਿੱਚ, ਕਿਸੇ ਦਬਾਅ ਦੇ ਵਿੱਚ ਜਾਂ ਇਮੋਸ਼ਨਸ ਦੇ ਵਿੱਚ ਬਹਿ ਕੇ ਪਾਰਟੀ ਦੀ ਲਾਈਨ ਤੋਂ ਪਰਾਂ ਹੋ ਗਏ ਸੀਗੇ, ਉਹਨਾਂ ਦੇ ਵਿੱਚ ਵੀ ਹੌਲੀ ਹੌਲੀ ਜਿਹੜੀ ਇਹ ਫੀਲਿੰਗ ਹੈ ਉਹ ਆਉਂਦੀ ਜਾ ਰਹੀ ਹੈ, ਅਤੇ ਉਹ ਵੀ ਜਲਦੀ ਹੀ ਸ਼ਾਇਦ ਘਰ ਵਾਪਸੀ ਕਰਨਗੇ। ਕਿਉਂਕਿ ਮੈਂ ਮੰਨ ਕੇ ਚੱਲਦਾ ਕੋਈ ਇੰਡੀਵਿਜੁਅਲ ਜਾਂ ਗਰੁੱਪ ਆਫ ਇੰਡੀਵਿਜੁਅਲ ਪਾਰਟੀ ਤੋਂ ਵੱਡਾ ਨਹੀਂ ਹੁੰਦਾ ਹੈਗਾ। ਪਾਰਟੀ ਦੇ ਵਿੱਚ ਠੀਕ ਹੈ ਕਿ ਡਿਫਰੈਂਸ ਆਫ ਓਪੀਨੀਅਨ ਨੇ ਜਿਹੜੇ, ਉਹ ਕਈ ਵਾਰੀ ਮਤਭੇਦ ਨੇ ਉਹ ਹੋ ਜਾਂਦੇ ਹੁੰਦੇ ਨੇ, ਡਿਫਰੈਂਸ ਆਫ ਓਪੀਨੀਅਨ ਹੋ ਜਾਂਦੇ ਹੁੰਦੇ ਨੇ, ਪਰ ਇਹਦਾ ਮਤਲਬ ਇਹ ਨਹੀਂ ਹੈ ਕਿ ਅਸੀਂ ਘਰ ਦੀਆਂ ਇੱਟਾਂ ਹੀ ਪੱਟ ਕੇ ਲੈ ਜਾਈਏ। ਉਹ ਸਾਡੇ ਵੀ ਕਈ ਵਾਰੀ ਹੋ ਜਾਂਦੇ ਨੇ, ਸਾਡੀ ਲੀਡਰਸ਼ਿਪ ਨਾਲ, ਅਰਵਿੰਦ ਜੀ ਉਹਨਾਂ ਨਾਲ ਕਈ ਇਸ਼ੂਜ਼ ਦੇ ਉੱਪਰ ਸਾਡੇ ਡਿਫਰੈਂਸ ਆਫ ਓਪੀਨੀਅਨ ਹੁੰਦੇ ਨੇ, ਪਰ ਅਸੀਂ ਬਾਹਰ ਖੜ੍ਹ ਕੇ ਰੌਲਾ ਨਹੀਂ ਪੈਂਦੇ ਹੈਗੇ। ਅਸੀਂ ਇੱਕ ਪਰਿਵਾਰ ਦੀ ਤਰ੍ਹਾਂ ਅਸੀਂ ਅੰਦਰ ਬੈਠ ਕੇ ਅਸੀਂ ਸੁਲਝਾ ਲੈਂਦੇ ਹਾਂ, ਜਾਂ ਅਸੀਂ ਉਹਨਾਂ ਨੂੰ ਮਨਾ ਲੈਂਦੇ ਹਾਂ ਅਤੇ ਜਾਂ ਉਹ ਸਾਨੂੰ ਸਮਝਾ ਲੈਂਦੇ ਨੇ, ਜਿਵੇਂ ਕਿ ਆਮ ਪਰਿਵਾਰਾਂ ਦੇ ਵਿੱਚ ਹੁੰਦਾ। ਸੋ ਇਸ ਕਰਕੇ ਅੱਜ ਦੇ ਇਸ ਪ੍ਰੈਸ ਕਾਨਫਰੰਸ ਦਾ ਮਕਸਦ ਇਹੀ ਸੀ ਕਿ ਪੰਜਾਬ ਯੂਨਿਟ ਵੱਲੋਂ, ਪੂਰੇ ਪੰਜਾਬ ਵੱਲੋਂ ਜਸਟਿਸ ਜ਼ੋਰਾ ਸਿੰਘ ਜੀ ਦਾ ਅਸੀਂ ਵੈਲਕਮ ਕਰਦੇ ਹਾਂ, ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਅਰਵਿੰਦ ਕੇਜਰੀਵਾਲ ਜੀ ਦੀ ਜਿਹੜੀ ਰੈਲੀਜ਼ ਨੇ ਉਹ ਜਨਵਰੀ ਫੈਬਰਰੀ ਦੇ ਵਿੱਚ ਪੰਜਾਬ ਦੇ ਵਿੱਚ ਪਲਾਨ ਹੋਈਆਂ, ਅਤੇ ਮੈਂ ਸਮਝਦਾ ਕਿ ਉਹਦੇ ਨਾਲ ਪਾਰਟੀ ਨੂੰ ਹੋਰ ਮਜ਼ਬੂਤੀ ਮਿਲੇਗੀ। ਬਾਕੀ ਸਾਡੇ ਲੀਗਲ ਵਿੰਗ ਦੇ ਸਾਥੀ ਨੇ ਐਡਵੋਕੇਟ ਜਸਤੇਜ ਅਰੋੜਾ ਜੀ, ਇਹ ਤੁਹਾਨੂੰ ਦੱਸਣਗੇ ਜਸਟਿਸ ਜ਼ੋਰਾ ਸਿੰਘ ਦੀ 35 ਸਾਲ ਦੀ ਸਰਵਿਸ ਬਾਰੇ। ਆਈ ਥਿੰਕ ਹੀ ਨੋਜ਼ ਬੈਟਰ ਦੈਨ ਮੀ। ਹਾਂਜੀ, ਅਰਾਊਂਡ ਕੁਛ ਮਹੀਨੇ ਪਹਿਲਾਂ ਮੇਰੀ ਨਿਯੁਕਤੀ ਹੋਈ ਸੀ ਐਸ ਪ੍ਰੈਜੀਡੈਂਟ ਆਫ ਲੀਗਲ ਸੈੱਲ। ਉਦੋਂ ਤੋਂ ਲੈ ਕੇ ਅੱਜ ਤੱਕ ਮੇਰੀ ਕੋਸ਼ਿਸ਼ ਰਹੀ ਹੈ ਕਿ ਵੀ ਮੈਂ ਇੱਕ ਸੰਗਠਨ ਦਵਾਂ ਪਾਰਟੀ ਨੂੰ ਲੀਗਲ ਵਿੰਗ ਦੇ ਰੂਪ ਦੇ ਵਿੱਚ, ਐਂਡ ਉਹਦੇ ਵਾਸਤੇ ਮੈਂ ਕਈ ਨਿਯੁਕਤੀਆਂ ਵੀ ਕੀਤੀਆਂ, ਡਿਸਟ੍ਰਿਕਟ ਇੰਚਾਰਜਿਸ ਵੀ ਲਗਾਏ ਹੈ। ਐਂਡ ਉਸੇ ਫੀਲਡ ਦੇ ਉੱਪਰ ਕੰਮ ਕਰਦੇ ਕਰਦੇ ਮੈਂ ਇੱਕ ਸੀਨੀਅਰ ਡੈਜ਼ਿਗਨੇਟ ਐਡਵੋਕੇਟ ਨੂੰ ਵੀ ਐਜ਼ ਐਨ ਐਡਵਾਈਜ਼ਰ ਉਹਨਾਂ ਨੂੰ ਮੈਂ ਮਤਲਬ ਇੰਡਲਜ ਕੀਤਾ ਸੀ ਪਾਰਟੀ 'ਚ, ਸ਼੍ਰੀ ਗੁਰਿੰਦਰ ਸਿੰਘ ਪੁੰਨੀਆ ਜੀ, ਅਤੇ ਉਹ ਐਜ਼ ਐਨ ਐਡਵਾਈਜ਼ਰ ਹੈਗੇ ਪਾਰਟੀ 'ਚ ਕਿ ਵੀ ਹਾਂਜੀ ਜਦੋਂ ਵੀ ਸਾਨੂੰ ਕੋਈ ਵੀ ਪ੍ਰੋਬਲਮ ਪੈਂਦੀ ਹੈ, ਕੋਈ ਲੀਗਲ ਇਸ਼ੂ 'ਤੇ ਕੋਈ ਡਿਸਕਸ਼ਨ ਕਰਨੀ ਹੁੰਦੀ ਹੈ ਅਤੇ ਹੀ ਇਜ਼ ਓਪਨ ਫੋਰ ਦ ਡਿਸਕਸ਼ਨ। ਹੁਣ ਉਸੇ ਨੂੰ ਕੰਟੀਨਿਊ ਕਰਦੇ ਹੋਏ ਇਹ ਜੋ ਹੁਣ ਇੱਕ ਨਵਾਂ ਬੂਸਟ ਮਿਲਿਆ ਜਸਟਿਸ ਜ਼ੋਰਾ ਸਿੰਘ ਦੇ ਰੂਪ ਦੇ ਵਿੱਚ, ਇਹ ਸਾਡੀ ਪਾਰਟੀ ਵਾਸਤੇ ਬਹੁਤ ਜ਼ਿਆਦਾ ਇੰਪੋਰਟੈਂਟ ਹੈ, ਸਪੈਸ਼ਲੀ ਫੋਰ ਲੀਗਲ ਸੈੱਲ। ਮਤਲਬ ਇਹ ਅਸੀਂ, ਮੈਂ ਐਜ਼ ਅ ਬਤੌਰ ਪ੍ਰੈਜ਼ੀਡੈਂਟ ਲੀਗਲ ਸੈੱਲ, ਮੈਂ ਇਸ ਗੱਲ ਦਾ ਸਵਾਗਤ ਕਰਦਾ ਅਤੇ ਪੂਰਾ ਮੈਂ ਉਹਨਾਂ ਦਾ ਸਾਥ ਲੀਗਲ ਸੈੱਲ ਪਾਰਟੀ ਦਾ ਵੀ ਦੇ ਰਿਹਾ, ਉਹਨਾਂ ਦਾ ਵੀ ਦਊਗਾ, ਐਂਡ ਜਿੱਥੇ ਸਾਨੂੰ ਲੋੜ ਪਏਗੀ ਅਸੀਂ ਉਹਨਾਂ ਦੀ ਐਡਵਾਈਸ ਮਤਲਬ ਹਮੇਸ਼ਾ ਲਵਾਂਗੇ। ਬਸ ਇੰਨਾ ਹੀ ਮੈਂ ਕਹੂੰਗਾ। ਦੇਖੋ ਇਸ ਤਰ੍ਹਾਂ ਕਿ ਉਹਨਾਂ ਦੀਆਂ 3-4 ਮਹੀਨੇ ਜਿਹੜਾ ਉਹਨਾਂ ਨੇ ਪਾਰਟੀ ਦੇ ਡਿਸਿਪਲਨਰੀ ਲਾਈਨ ਨੂੰ ਕ੍ਰੋਸ ਕਰਕੇ ਜਿਸ ਤਰ੍ਹਾਂ ਦੀ ਵੀ ਐਕਟੀਵਿਟੀਜ਼ ਕੀਤੀਆਂ, ਜਦੋਂ ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਵੀ ਉਹ ਨਹੀਂ ਮੰਨੇ ਸਮਝੇ ਹੈਗੇ, ਪਾਰਟੀ ਦੇ ਸਬਰ ਦਾ ਜਿਹੜਾ ਘੜਾ ਜਿਹੜਾ ਜਦੋਂ ਭਰ ਗਿਆ, ਅਤੇ ਫਿਰ ਉਹਨਾਂ ਨੇ ਪਾਰਟੀ ਨੇ ਫੈਸਲਾ ਲਿਆ ਅਤੇ ਸੁਖਪਾਲ ਸਿੰਘ ਖਹਿਰਾ ਜੀ ਉਹਨਾਂ ਨੂੰ
ਸਸਪੈਂਡ ਕੀਤਾ। ਮੈਂ ਸਮਝਦਾ ਕਿ ਪਾਰਟੀ ਜਿੰਨਾ ਆਪਦੇ ਵੱਲੋਂ ਕਰ ਸਕਦੀ ਸੀ ਉਹ ਪਾਰਟੀ ਨੇ ਕੀਤਾ। ਹੁਣ ਇਸ ਤੋਂ ਬਾਅਦ ਦਾ ਤਾਂ ਜਿਹੜਾ ਕੱਢਣ ਦਾ ਜਿਹੜਾ ਸਵਾਲ ਹੈ, ਪਾਰਟੀ ਸਸਪੈਂਡ ਕਰ ਸਕਦੀ ਸੀ, ਉਹ ਪਾਰਟੀ ਨੇ ਕਰ ਦਿੱਤਾ। ਹੁਣ ਇਹ ਤੋਂ ਬਾਅਦ ਤਾਂ ਉਹਨਾਂ ਦੀਆਂ ਖਬਰਾਂ ਸੁਣਦੇ ਪੜ੍ਹਦੇ ਹਾਂ ਕਿ ਕਦੇ ਮੰਚ ਬਣ ਰਿਹਾ, ਕਦੇ ਪਾਰਟੀ ਬਣ ਰਹੀ ਹੈ। ਇਹ ਤਾਂ ਨਾ ਉਹ ਇਹ ਤਾਂ ਹੁਣ ਉਹਨਾਂ ਦੇ ਉੱਪਰ ਡਿਪੈਂਡ ਕਰਦਾ ਕਿ ਉਹ ਇਸ ਤਰ੍ਹਾਂ ਹੀ ਵਿੱਚ ਹਿਚਕੋਲੇ ਜੇ ਖਾਂਦੇ ਹੋਏ ਪਾਰਟੀ ਨੂੰ ਅਤੇ ਆਪਣੇ ਆਪ ਨੂੰ ਡਿਸਟਰਬ ਕਰੀ ਜਾਣਗੇ ਜਾਂ ਕਿਸੇ ਪਾਸੇ ਦਾ ਫੈਸਲਾ ਲੈਣਗੇ। ਸੋ ਇਹਦੇ ਬਾਰੇ ਤਾਂ ਉਹੀ ਦੱਸ ਸਕਦੇ ਨੇ। ਮੈਂ ਨਹੀਂ ਕੁਛ ਦੱਸ ਸਕਦਾ ਕੀ ਜੀ ਪਾਰਟੀ ਨੇ ਸਸਪੈਂਡ ਕਰਨਾ ਸੀ ਕਰਤਾ ਜੀ ਨਹੀਂ ਪੰਜਾਬ ਦੀ ਕੋਰ ਕਮੇਟੀ ਦਾ ਹੋਊਗਾ ਜਾਂ ਉਸ ਤੋਂ ਬਾਅਦ ਪੀਏਸੀ ਨੇ ਫੈਸਲਾ, ਅਰਵਿੰਦ ਜੀ ਉਹਨਾਂ ਨੇ ਲੈਣਾ, ਪੋਲੀਟੀਕਲ ਅਫੇਅਰਸ ਕਮੇਟੀ ਨੇ ਲੈਣਾ। ਇਹਦੇ ਬਾਰੇ ਹਜੇ ਮੈਨੂੰ ਕੋਈ ਜਾਣਕਾਰੀ ਨਹੀਂ ਵੀ ਪਾਰਟੀ ਕੀ ਫੈਸਲਾ ਕਰੂਗੀ ਜਾਂ ਕੀ ਨਹੀਂ ਕਰੂਗੀ। ਠੀਕ ਹੈ ਨਾ। ਸੋ ਇਸ ਬਾਰੇ ਇਹ ਤਾਂ ਉਹੀ ਦੱਸ ਸਕਦੇ ਨੇ ਵੀ ਉਹ ਇਸੇ ਤਰੀਕੇ ਨਾਲ ਚੱਲਣਾ ਚਾਹੁੰਦੇ ਨੇ ਜਾਂ ਉਹ ਰਿਜ਼ਾਈਨ ਕਰਨਾ ਚਾਹੁੰਦੇ ਨੇ ਜਾਂ ਉਹ ਨਵੀਂ ਇਲੈਕਸ਼ਨ ਲੜਨਾ ਚਾਹੁੰਦੇ ਨੇ ਜਾਂ ਉਹ ਪਾਰਟੀ ਬਣਾਉਣਾ ਚਾਹੁੰਦੇ ਨੇ। ਫਿਰ ਤਾਂ ਉਹਨਾਂ ਦਾ ਆਪਦੀ ਕਲੈਰਿਟੀ ਨਹੀਂ ਹੈਗੀ। ਸੋ ਇਸ ਕਰਕੇ ਸਾਨੂੰ ਕੋਈ ਡਰ ਨਹੀਂ ਹੈਗਾ ਜੀ। ਨਹੀਂ ਕਿਉਂ ਸੀ ਕੋਈ ਗੱਡੀ ਹੈ, ਅਸੀਂ ਜਿੰਨਾ ਕਰਨਾ ਸੀ ਕਰਤਾ, ਅਸੀਂ ਸਸਪੈਂਡ ਕਰਤਾ। ਤੁਹਾਨੂੰ ਅਜੀਬ ਲੱਗੇ, ਤੁਹਾਨੂੰ ਚੰਗਾ ਲੱਗੇ, ਤੁਹਾਨੂੰ ਮਾੜਾ ਲੱਗੇ, ਪਾਰਟੀ ਨੇ ਜਿੰਨੀ ਉਹਨਾਂ ਨੇ ਇਨਡਿਸਿਪਲਿਨ ਕ੍ਰੀਏਟ ਕੀਤਾ, ਪਾਰਟੀ ਨੇ ਉਹਦਾ ਸਜ਼ਾ ਉਹਨਾਂ ਨੂੰ ਦੇਤੀ। ਹੁਣ ਉਹ ਰੋਜ਼ ਕਹਿੰਦੇ ਨੇ ਮੈਂ ਛੱਡ ਰਿਹਾ, ਮੈਂ ਨਹੀਂ ਛੱਡ ਰਿਹਾ, ਤਾਂ ਲੈਟ ਹਿਮ ਟੇਕ ਦਾ ਕਾਲ। ਅਸੀਂ ਕਿਉਂ ਪੰਜਾਬ ਦੇ ਲੋਕਾਂ ਦੇ ਉੱਪਰ ਬੋਝ ਪਾਈਏ? ਉਹ ਹੀ ਸ਼ੁੱਡ ਟੇਕ ਦਾ ਕਾਲ। ਉਹ ਆਪਦਾ ਅੱਡ ਰਾਹ, ਉਹ ਪੰਜਾਬ ਦੀ ਗੱਲ ਕਰਦੇ ਨੇ, ਉਹ ਗੈਰਤਮੰਦੀ ਦੀ ਗੱਲ ਕਰਦੇ ਨੇ, ਇਹ ਉਹ ਦੇਖਣ ਵੀ ਉਹ ਕੀ ਫੈਸਲਾ ਲੈਂਦੇ ਨੇ। ਪਰ ਜਿੰਨਾ ਪਾਰਟੀ ਨੇ ਲੈਣਾ ਸੀਗਾ ਐਜ਼ ਆਫ ਨਾਓ, ਉਹ ਅਸੀਂ ਲੈ ਚੁੱਕੇ। ਪਾਰਟੀ ਵੱਡੀ ਹੈ, ਖੈਰਾ ਵੱਡੀ ਨੇ, ਹਮੇਸ਼ਾ ਪਾਰਟੀ ਵੱਡੀ ਹੁੰਦੀ ਹੈ ਸਾਡੇ ਲਈ। ਮੈਂ ਹਮੇਸ਼ਾ ਫਰੋਮ ਡੇ ਵਨ ਕਹਿਣਾ, ਮੇਰੀ ਗੱਲ ਸੁਣੋ ਇੱਕ ਮਿੰਟ, ਫਰੋਮ ਡੇ ਕਹਿਣਾ, ਕੋਈ ਇੰਡੀਵਿਜੁਅਲ ਜਾਂ ਗਰੁੱਪ ਆਫ ਇੰਡੀਵਿਜੁਅਲ ਪਾਰਟੀ ਤੋਂ ਵੱਡਾ ਨਹੀਂ ਹੁੰਦਾ, ਔਰ ਕੋਈ ਵੀ ਪਾਰਟੀ ਹੈ ਜਿਹੜੀ ਉਹ ਪੰਜਾਬ ਤੋਂ ਵੱਡੀ ਨਹੀਂ ਹੈਗੀ। ਸਾਡੇ ਲਈ ਪੰਜਾਬ ਵੱਡਾ, ਅਤੇ ਪੰਜਾਬ ਨੂੰ ਬਚਾਉਣ ਲਈ ਸਾਡੀ ਪਾਰਟੀ ਅਹਿਮ ਹੈ, ਅਤੇ ਆਮ ਆਦਮੀ ਪਾਰਟੀ ਬਚਾ ਸਕਦੀ ਹੈ। ਇੰਡੀਵਿਜੁਅਲ ਕੋਈ ਜਿੰਨਾ ਮਰਜ਼ੀ ਰੌਲਾ ਪਾਈ ਚੱਲੇ, ਮੈਂ 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 ਕਦੇ ਵੀ ਅਸੀਂ ਤੋਂ ਆਪਾਂ ਤੋਂ ਵੀ ਤੋਂ ਵੱਡੀ ਨਹੀਂ ਹੁੰਦੀ ਹੈਗੀ। ਆਮ ਆਦਮੀ ਪਾਰਟੀ ਆਪਣੇ ਆਪ ਨੂੰ ਨੈਤਿਕ ਤੌਰ ਤੇ ਇਹਨਾਂ ਪਾਰਟੀਆਂ ਨੂੰ ਵੱਖਰਾ ਮੰਨਦੀ ਹੈ। ਬੀਜੇਪੀ, ਕਾਂਗਰਸ, ਅਕਾਲੀ ਦਲ ਇਹ ਨਹੀਂ ਕਰਦੇ, ਉਹ ਛੱਡ ਦਿੰਦੇ ਨੇ ਬੰਦੇ ਨੂੰ, ਕਿਉਂ ਖਰਦਾ ਰਹੇ ਤੋਂ ਕੱਢੋ ਨਾ ਪਾਰਟੀ ਤੋਂ। ਤਾਂ ਆਮ ਆਦਮੀ ਪਾਰਟੀ ਤੇ ਫਿਰ ਦੂਜੀਆਂ ਪਾਰਟੀਆਂ 'ਚ ਕੀ ਫਰਕ ਹੈਗਾ ਨੈਤਿਕ ਤੌਰ ਤੇ? ਫਰਕ ਇਹ ਹੈ ਵੀ ਆਮ ਆਦਮੀ ਪਾਰਟੀ ਨੇ ਉਹਨਾਂ ਨੂੰ ਲੀਡਰ ਆਫ ਆਪੋਜੀਸ਼ਨ ਬਣਾਇਆ, ਜਿਹਦਾ ਮੈਂ ਸਮਝਦਾ ਕਿ ਉਹਨਾਂ ਨੇ ਸ਼ਾਇਦ ਅਹਿਸਾਸ ਨਹੀਂ ਮੰਨਿਆ ਹੈਗਾ। ਬੰਦਾ ਬਣਦਾ ਵੀ ਹੈ ਤੇ ਬੰਦਾ ਲਹਿੰਦਾ ਵੀ ਹੈ, ਅਤੇ ਉਸ ਤੋਂ ਮਗਰ ਉਹਨਾਂ ਨੇ ਜੋ ਕੁਛ ਕੀਤਾ, ਠੀਕ ਹੈ ਨਾ, ਉਹ ਤੁਹਾਡੇ ਸਾਰਿਆਂ ਸਾਹਮਣੇ ਹੈ। ਇੰਨਾ ਕੁਛ ਪਾਰਟੀ ਵੱਲੋਂ ਦੇਣ ਦੇ ਬਾਵਜੂਦ ਵੀ ਉਹਨਾਂ ਵੱਲੋਂ ਇਹ ਪ੍ਰੋਜੈਕਟ ਕੀਤਾ ਗਿਆ ਕਿ ਮੈਂ ਸ਼ਹੀਦ ਹਾਂ, ਮੇਰੇ ਨਾਲ ਬਹੁਤ ਧੱਕਾ ਹੋ ਗਿਆ, ਅਤੇ ਮੈਂ ਮੇਰੇ ਨਾਲ ਮੇਰੇ ਸਾਰੇ ਹੱਕ ਨੇ ਜਿਹੜੇ ਉਹ ਮਾਰ ਲਏ ਗਏ। ਹੁਣ ਲੈਟ ਹਿਮ ਟੇਕ ਦਾ ਕਾਲ। ਵੀ ਡੋਂਟ ਵਾਂਟ ਕਿ ਅਸੀਂ ਬਿਨਾਂ ਗੱਲ ਤੋਂ, ਪਾਰਟੀ ਨੇ ਆਪਦੀ ਡਿਸਿਪਲਿਨ ਦੀ ਪਿਆਰ ਨਾਲ, ਸਤਿਕਾਰ ਨਾਲ ਪਲੋਸ ਕੇ ਬਿਠਾ ਕੇ ਸਾਰੀਆਂ ਗੱਲਾਂ ਨੇ ਜਿਹੜੀਆਂ ਉਹ ਕੋਸ਼ਿਸ਼ ਕੀਤੀ, ਉਦੋਂ ਮਗਰ ਉਹ ਸਸਪੈਂਡ ਕਰਤਾ। ਹੁਣ ਲੈਟ ਹਿਮ ਟੇਕ ਦਾ ਕਾਲ ਕਿ ਉਹ ਦਿੱਲੀ ਵਾਲੀ ਪਾਰਟੀ ਦੀ ਐਮਐਲਏਸ਼ਿਪ ਰੱਖਦੇ ਨੇ ਕਿ ਨਹੀਂ ਰੱਖਦੇ। ਅਸੀਂ ਦਿੱਲੀ ਪੰਜਾਬ ਦਾ ਫਰਕ ਨਹੀਂ ਕਦੇ ਕੀਤਾ ਹੈਗਾ, ਅਸੀਂ ਫਰਕ ਮੰਨ ਕੇ ਚੱਲਦੇ ਹਾਂ ਕਿ ਬਾਕੀ ਜਿਹੜੇ ਲੀਡਰਸ ਨੇ, ਬਾਕੀ ਜਿਹੜੇ ਪਾਰਟੀਆਂ ਨੇ ਉਹ ਕਰਪਟ ਨੇ, ਅਤੇ ਅਰਵਿੰਦ ਕੇਜਰੀਵਾਲ ਅਤੇ ਅਰਵਿੰਦ ਕੇਜਰੀਵਾਲ ਦੀ ਪਾਰਟੀ ਇਮਾਨਦਾਰ ਹੈ, ਅਸੀਂ ਉਹ ਮੰਨ ਕੇ ਚੱਲਦੇ ਹਾਂ। ਉਹਨਾਂ ਨੇ ਉਸ ਤੋਂ ਬਾਅਦ ਜਿਹੜੀ ਗੱਲ ਇਲੈਕਸ਼ਨਾਂ ਤੋਂ ਪਹਿਲਾਂ ਜਿਹੜੀ ਅਕਾਲੀ, ਕਾਂਗਰਸੀ, ਬੀਜੇਪੀ ਕਹਿੰਦੇ ਹੁੰਦੇ ਸੀਗੇ ਕਿ ਦਿੱਲੀ ਵਾਲੇ ਉਸ ਤੋਂ ਇਲੈਕਸ਼ਨਾਂ ਤੋਂ ਮਗਰੋਂ ਉਹਨਾਂ ਨੇ ਛੱਡ ਦਿੱਤਾ, ਅਤੇ ਕੁਛ ਸਾਡੇ ਸਤਿਕਾਰਯੋਗ ਸਾਥੀਆਂ ਨੇ
ਉਹ ਫੜ ਲਈ ਗੱਲ ਆ। ਸੋ ਇਹ ਛੋਟੀਆਂ ਗੱਲਾਂ ਨੇ, ਲੈਟ ਹਿਮ ਟੇਕ ਦ ਕਾਲ। ਅਸੀਂ ਵੀ ਦੇਖਣਾ ਚਾਹੁੰਦੇ ਹਾਂ ਕਿ ਕਿਹੜਾ ਇਹ ਇਹ ਸਾਡੀ ਪਾਰਟੀ ਦੇ ਵਿੱਚ ਜੋ ਵੀ ਹੁੰਦਾ ਨਾ ਜੀ, ਉਹ ਕੋਰ ਕਮੇਟੀ ਬਣੀ ਹੋਈ ਹੈ, ਉਹਦੇ ਮੈਂ ਇਕੱਲਾ ਨਹੀਂ ਬੈਠਾ ਹੈ, ਕਿਤੇ ਪੂਰੀ ਦੀ ਪੂਰੀ ਪਾਰਟੀ ਬੈਠੀ ਹੈ, ਇੱਕ ਵਰਕਰ ਤੋਂ ਲੈ ਕੇ ਅਮਨ ਅਰੋੜਾ ਨੂੰ ਕਿਉਂ ਭੇਜਿਆ ਗਿਆ, ਕਿਉਂਕਿ ਅਮਨ ਅਰੋੜਾ ਇੱਕ ਵਾਰ ਖੈਰ ਨਾ ਖੜੇ ਹੋ ਗਏ ਸੀ ਇੱਕ ਦੌਰ ਦੇ ਅੰਦਰ, ਜਦੋਂ ਇੱਥੇ ਗੱਲ ਚੱਲੀ ਸੀ ਇੱਕ ਦੌਰ ਤੋਂ ਖੜੇ ਹੋ ਗਏ ਨਹੀਂ। ਮੈਂ ਉਦੋਂ ਸੁਣੋ ਮੈਂ ਨਾਲ ਹਮੇਸ਼ਾ ਖੈਰਾ ਸਾਹਿਬ ਦੇ ਹਮੇਸ਼ਾ ਨਾਲ ਖੜਾ ਰਿਹਾ। ਮੈਂ ਜਿਸ ਦਿਨ ਤੁਹਾਡੇ ਯਾਦ ਹੋਊਗਾ, ਜਿਸ ਦਿਨ ਫਾਜ਼ਿਲਕਾ ਕੋਰਟ ਦੇ ਵਿੱਚ ਉਹਨਾਂ ਦੇ ਸੰਮਨ ਹੋਏ ਨੇ, ਉਸ ਦਿਨ ਉਹਨਾਂ ਨੇ ਆਪਦੇ ਘਰੇ ਪ੍ਰੈਸ ਕਾਨਫਰੰਸ ਰੱਖੀ, ਮੈਂ ਉਸ ਦਿਨ ਵੀ ਨਾਲ ਖੜਾ ਸੀਗਾ। ਮੈਂ ਜਦੋਂ ਤੱਕ ਉਹ ਪਾਰਟੀ ਦੇ ਨਾਲ ਸੀਗੇ, ਮੈਂ ਉਦੋਂ ਤੱਕ ਉਹਨਾਂ ਦੇ ਨਾਲ ਖੜਾ ਰਿਹਾ। ਮੈਂ ਹਮੇਸ਼ਾ ਉਹਨਾਂ ਨੂੰ ਸਮਝਾਉਂਦਾ ਰਿਹਾ ਕਿ ਭਾਅ ਜੀ ਤੁਹਾਡੇ 'ਚ ਸਾਰੇ ਗੁਣ ਹੋਣਗੇ, ਪਰ ਇੱਕ ਡਿਸਿਪਲਿਨ ਦੀ ਡੀ ਸਿੱਖ ਲਓ, ਦੂਜਾ ਤੁਸੀਂ ਆਏ ਆਏ ਮੈਂ ਦੀ ਬਜਾਏ ਪਾਰਟੀ ਦੀ ਗੱਲ ਕਰਨੀ ਸ਼ੁਰੂ ਕਰ ਦਈਏ, ਜ਼ਾਤੀ ਰਾਜਨੀਤੀ ਨਾ ਕਰੀਏ, ਪਾਰਟੀ ਦੀ ਗੱਲ ਕਰੀਏ ਆਪਾਂ, ਟੀਮ ਪਲੇਅਰ ਬਣੋ, ਅਤੇ ਤੀਜਾ ਆਪਾਂ ਇਮਪੇਸ਼ੈਂਸ ਨਾ ਹੋਈਏ, ਇਮਪੇਸ਼ੈਂਟ ਨਾ ਹੋਈਏ, ਸਬਰ ਦੇ ਨਾਲ ਹੀ ਰਾਜਨੀਤੀ ਚੱਲਦੀ ਹੈ। ਬੇਸਬਰੇ ਹੋ ਕੇ ਕਦੇ ਰਾਜਨੀਤੀ 'ਚ ਮੈਂ ਕਦੇ ਕਿਸੇ ਨੂੰ ਖੱਟਦੇ ਨਹੀਂ ਦੇਖਦਾ। ਇਹ ਮੈਂ ਉਹਨਾਂ ਨੂੰ 8-10 ਵਾਰੀ ਮੈਂ ਸਮਝਾਇਆ ਹੋਊਗਾ, ਨਹੀਂ ਸਮਝੇ ਹੈਗੇ, ਅਤੇ ਅੱਜ ਤੁਹਾਡੇ ਸਾਹਮਣੇ ਹੈ। ਆਪਦੀ ਸਿਰਫ ਔਰ ਸਿਰਫ ਇਮਪੇਸ਼ੈਂਸ ਅਤੇ ਇਨਡਿਸਿਪਲਿਨ ਦੀ ਵਜ੍ਹਾ ਕਰਕੇ ਸਾਰਾ ਕੁਝ ਜੋ ਪਾਰਟੀ ਕੋਲ ਸੀਗਾ, ਇੱਕ ਲੀਡਰ ਆਫ ਓਪੋਜੀਸ਼ਨ ਦੀ ਪੋਸਟ ਸੀਗੀ, ਉਹ ਉਹਨਾਂ ਨੂੰ ਦੇ ਦਿੱਤੀ, ਅਤੇ ਸਿਰਫ ਔਰ ਸਿਰਫ ਇਸੇ ਗੱਲ ਕਰਕੇ ਆਪਦੀ ਇਮਪੇਸ਼ੈਂਸ ਅਤੇ ਇਨਡਿਸਿਪਲਿਨ ਕਰਕੇ ਗਵਾ ਕੇ ਅੱਜ ਸੜਕਾਂ 'ਤੇ 20-25 ਬੰਦੇ ਤੁਰੇ ਫਿਰਦੇ ਨੇ। ਸੋ ਇਸ ਕਰਕੇ ਆਪਾਂ ਉਹਨਾਂ ਗੱਲਾਂ ਦੇ ਵਿੱਚ ਨਹੀਂ ਜਾਣਾ ਹੈਗਾ। ਹਾਂਜੀ ਨਹੀਂ ਨਹੀਂ ਤਿਆਰੀ ਦਾ ਸਵਾਲ ਨਹੀਂ ਹੈਗੀ, ਸੱਚੀਆਂ ਗੱਲਾਂ ਨੇ। ਮੈਂ ਜਿਹੜੀ ਗੱਲ ਜੋ ਮੈਂ ਰਾਜਨੀਤੀ ਆਪਦੇ ਫਾਦਰ ਤੋਂ ਸਿੱਖੀ ਹੈ, ਬਾਬੂ ਭਗਵਾਨ ਦਾਸ ਜੀ ਅਰੋੜਾ ਤੋਂ, ਅੱਜ ਤੋਂ 20 ਸਾਲ ਪਹਿਲਾਂ 25 ਸਾਲ ਪਹਿਲਾਂ, ਡਿੱਟੋ ਉਹੀ ਰਾਜਨੀਤੀ ਆਮ ਆਦਮੀ ਪਾਰਟੀ ਕਰ ਰਹੀ ਹੈ, ਅਤੇ ਇਸੇ ਕਰਕੇ ਆਮ ਆਦਮੀ ਪਾਰਟੀ ਜੁਆਇਨ ਕੀਤੀ ਸੀਗੀ। ਅਤੇ ਜਦੋਂ ਤੱਕ ਆਮ ਆਦਮੀ ਪਾਰਟੀ ਆਪਦੇ ਇਹਨਾਂ ਸਿਧਾਂਤਾਂ ਦੇ ਉੱਪਰ, ਆਮ ਆਦਮੀ ਪਾਰਟੀ ਨੇ ਧਰਮ ਦੀ, ਮਜ਼ਹਬ ਦੀ, ਮੰਦਰ ਗੁਰਦੁਆਰੇ ਦੀ ਰਾਜਨੀਤੀ ਤਾਂ ਕਰਨੀ ਨਹੀਂ ਹੈਗੀ, ਇਮਾਨਦਾਰੀ ਦੀ ਰਾਜਨੀਤੀ ਕੀ ਕਰਨੀ ਹੈ, ਗੁੱਡ ਗਵਰਨੈਂਸ ਦੀ ਰਾਜਨੀਤੀ ਕਰਨੀ ਹੈ, ਆਮ ਲੋਕਾਂ ਦੀ ਬਾਂਹ ਫੜ ਕੇ ਨਾਲ ਹੀ ਰਾਜਨੀਤੀ ਕਰਨੀ ਹੈ। ਉਹੀ ਗੁੜਤੀ ਮੈਨੂੰ ਆਪਦੇ ਫਾਦਰ ਤੋਂ ਮਿਲੀ ਹੈ। ਜਦੋਂ ਤੱਕ ਆਮ ਆਦਮੀ ਪਾਰਟੀ ਇਹਨਾਂ ਸਿਧਾਂਤਾਂ 'ਤੇ ਚੱਲੂਗੀ, ਉਦੋਂ ਤੱਕ ਅਰਵਿੰਦ ਕੇਜਰੀਵਾਲ ਦਾ ਲਾੜਾ ਜਿਹੜਾ ਐਂ ਮਜ਼ਬੂਤੀ ਨਾਲ ਦੋਵੇਂ ਹੱਥਾਂ ਨਾਲ ਫੜ ਕੇ ਰੱਖਾਂਗੇ ਅਤੇ ਅਰਵਿੰਦ ਕੇਜਰੀਵਾਲ ਜਿੰਦਾ ਹੋਵਾਂਗੇ। ਉਹਦੇ ਵਿੱਚ ਜਿਹੜੀ ਗੱਲ ਮੈਂ ਕਹਿ ਰਿਹਾ ਸੀਗਾ, ਉਹਦੇ ਵਿੱਚ ਦੇਖੋ ਜਦੋਂ ਔਰਗਨਾਈਜੇਸ਼ਨ ਦੇ ਵਿੱਚ ਕੰਮ ਕਰਨਾ ਹੁੰਦਾ ਨਾ, ਪਾਰਟੀ ਦੇ ਵਿੱਚ ਕੰਮ ਕਰਨਾ ਹੁੰਦਾ, ਕਈ ਵਾਰੀ ਘਰ ਦੇ ਵਿੱਚ ਵੀ ਸਾਰੀਆਂ ਗੱਲਾਂ ਨਹੀਂ ਮੰਨੀਆਂ ਜਾਂਦੀਆਂ ਹੈਗੀਆਂ। ਜਦੋਂ ਔਰਗਨਾਈਜੇਸ਼ਨ ਤੁਸੀਂ ਪਾਰਟੀ 'ਚ ਕੰਮ ਕਰਦੇ ਹੋ, ਕਈ ਚੀਜ਼ਾਂ ਇਗਨੋਰ ਕਰਨੀਆਂ ਪੈਂਦੀਆਂ ਨੇ, ਕਹਿਣੀਆਂ ਪੈਂਦੀਆਂ ਨੇ, ਸੁਣਨੀਆਂ ਪੈਂਦੀਆਂ ਨੇ, ਹਜ਼ਮ ਕਰਨੀਆਂ ਪੈਂਦੀਆਂ ਨੇ, ਬਹੁਤ ਕੁਛ ਕਰਨਾ ਪੈਂਦਾ। ਪਰ ਜਦੋਂ ਆਪਾਂ ਕਹੀਏ ਵੀ ਆਹ ਲਕੀਰ ਖਿੱਚਦੀ ਮੈਂ ਨਾ ਮਾਨੂੰ, ਪੱਥਰ 'ਤੇ ਲਕੀਰ ਹੈ, ਮਾਈਵੇ ਜਾਂ ਹਾਈਵੇ, ਉਹ ਨਹੀਂ ਹੋਣਾ ਚਾਹੀਦਾ। ਹਾਂਜੀ ਦੇਖੋ ਉਹ ਤਾਂ ਹਜੇ ਕੱਲ੍ਹ ਜੁਆਇਨ ਕੀਤਾ ਉਹਨਾਂ ਨੇ ਇਹਦੇ, ਨਹੀਂ ਨਹੀਂ ਦੇਖੋ ਮੇਰੀ ਗੱਲ ਸੁਣੋ, ਕਿਉਂਕਿ ਮੈਂ ਅੱਜ ਤੱਕ ਆਪਦੀ ਲਾਈਫ ਦੇ ਵਿੱਚ ਮੈਂ ਜਸਟਿਸ ਜ਼ੋਰਾ ਸਿੰਘ ਜੀ ਨੂੰ ਨਹੀਂ ਮਿਲਿਆ ਹੈਗਾ, ਪਾਰਟੀ ਦੀ ਕੋਰ ਕਮੇਟੀ ਦੇ ਕਿਸੇ ਮੈਂਬਰ ਨਾਲ ਜਾਂ ਲੀਡਰਸ਼ਿਪ ਦੇ ਨਾਲ, ਦਿੱਲੀ ਅਰਵਿੰਦ ਜੀ ਹੋਣਾਂ ਦੇ ਨਾਲ ਜਾਂ ਕਿਸੇ PAC ਦੇ ਮੈਂਬਰ ਨਾਲ ਉਹਨਾਂ ਦੀ ਕੋਈ ਗੱਲਬਾਤ ਹੋਈ ਹੋਵੇ ਤਾਂ ਮੈਨੂੰ ਉਹਦੇ ਬਾਰੇ ਪਤਾ ਨਹੀਂ। ਮੈਂ ਜਿਵੇਂ ਪਹਿਲਾਂ ਕਿਹਾ, ਆਈ ਐਮ ਨੋਟ ਪਾਰਟੀ, ਆਈ ਐਮ ਪਾਰਟ ਆਫ ਪਾਰਟੀ, ਮੈਂ ਇੱਕ ਪਾਰਟੀ ਦਾ ਛੋਟਾ ਜਿਹਾ ਇੱਕ ਵਰਕਰ ਹਾਂ, ਅਤੇ ਮੈਨੂੰ ਜਿਹੜਾ ਮੇਰਾ ਡੋਮੇਨ ਨਹੀਂ ਹੈਗਾ, ਮੈਂ ਉਹਦੇ ਬਾਰੇ ਕੁਝ ਕਮੈਂਟ ਨਹੀਂ ਕਰੂੰਗਾ। ਜੋ ਇਨ ਦਾ ਬੈਸਟ ਇੰਟਰਸਟ ਆਫ ਪਾਰਟੀ ਐਂਡ ਪੰਜਾਬ ਹੋਊਗਾ, ਉਹਦੇ ਬਾਰੇ ਪਾਰਟੀ ਫੈਸਲਾ ਆਉਣ ਵਾਲੇ ਸਮੇਂ 'ਚ ਲਏਗੀ ਜੀ। ਦੇਖੋ ਇਸ ਤਰ੍ਹਾਂ ਕਿ ਮਾਨ ਨੇ ਕਿਹਾ ਕਿ ਰਾਜੀਵ ਗਾਂਧੀ ਦਾ ਕੋਈ ਹਿੱਸੇਦਾਰੀ ਡਰੈਕਟ ਨਹੀਂ ਸੀ ਉਸ ਕਤਲੇਆਮ ਵਿੱਚ। ਮੈਂ ਹੁਣ ਤੁਸੀਂ ਪੂਰੀ ਦੀ ਪੂਰੀ ਗੱਲ ਨੂੰ, ਪੂਰੀ ਕ੍ਰੋਨੋਲੋਜੀ ਨੂੰ ਤੁਸੀਂ ਧਿਆਨ ਨਾਲ ਸੁਣਿਓ ਔਰ ਸਮਝਿਓ। ਜਿਹੜਾ ਪਾਰਟੀ ਦਾ ਵਿਊ ਪੁਆਇੰਟ ਸੀ ਔਰ ਪਾਰਟੀ ਦਾ ਸਟੈਂਡ ਸੀਗਾ, ਉਹ ਇੱਥੇ ਤੱਕ ਸੀਗਾ ਕਿ ਜਿਹੜਾ ਇਸ ਤਰ੍ਹਾਂ ਦੇ ਕਤਲੇਆਮ ਹੁੰਦੇ ਨੇ, ਉਹਨਾਂ ਦੇ ਲਈ ਪੂਰੇ ਮੁਲਕ ਦੇ ਵਿੱਚ ਫਾਸਟ ਟਰੈਕ ਕੋਰਟਸ ਬਣਨੀਆਂ ਚਾਹੀਦੀਆਂ ਨੇ। ਅਤੇ ਜਿਹੜਾ ਦਿੱਲੀ ਦੇ ਵਿੱਚ 1984 ਸਾਡੇ ਸਿੱਖ ਭਰਾਵਾਂ ਦਾ ਕਤਲੇਆਮ ਹੋਇਆ ਸੀਗਾ, ਉਹਨੂੰ ਜੈਨੋਸਾਈਡ, ਉਹਨੂੰ ਨਸਲਕੁਸ਼ੀ ਹੈ ਜਿਹੜਾ, ਉਹ ਡਿਕਲੇਅਰ ਕੀਤਾ ਜਾਣਾ ਚਾਹੀਦਾ। ਅਤੇ ਮੈਂ ਸਮਝਦਾ ਕਿ ਇਹ ਪਾਰਟੀ ਦਾ ਓਫੀਸ਼ੀਅਲ ਰੈਜ਼ੋਲਿਊਸ਼ਨ ਸੀਗਾ ਜਦੋਂ ਉਹ ਬੋਲ ਰਹੇ ਸੀਗੇ ਜਰਨੈਲ ਸਿੰਘ ਜੀ। ਉਸ ਤੋਂ ਪਤਾ ਨਹੀਂ ਉਹਨਾਂ ਦੇ ਮਨ ਦੇ ਵਿੱਚ ਕੀ ਹੋਈ ਜਾਂ ਕਿਸੇ, ਔਰ ਇਹੀ ਰੈਜ਼ੋਲਿਊਸ਼ਨ ਸੀ ਜਿਹੜਾ ਕਿ ਅੱਜ ਤੱਕ ਨਾ
ਅਕਾਲੀ ਦਲ ਵਾਲਿਆਂ ਨੇ, ਨਾ ਬੀਜੇਪੀ ਵਾਲਿਆਂ ਨੇ, ਨਾ ਕਿਸੇ ਹੋਰ ਪਾਰਟੀ ਨੇ, ਨਾ ਸੈਂਟਰ ਨੇ ਅਤੇ ਨਾ ਸਟੇਟ ਨੇ ਅੱਜ ਤੱਕ ਇਹ ਰੈਜ਼ੋਲਿਊਸ਼ਨ ਵੀ ਨਹੀਂ ਪਾਇਆ ਕਿ 84 ਨੂੰ ਨਸਲਕੁਸ਼ੀ ਡਿਕਲੇਅਰ ਕੀਤਾ ਜਾਵੇ ਅਤੇ ਫਾਸਟ ਟਰੈਕ ਕੋਰਟਸ ਨੇ ਜਿਹੜੀਆਂ ਉਹ ਐਸਟੈਬਲਿਸ਼ ਕੀਤੀਆਂ ਜਾਣ। ਜਦੋਂ ਆਮ ਆਦਮੀ ਪਾਰਟੀ ਨੇ ਇੱਕ ਇਨੀਸ਼ੀਏਟਿਵ ਲੈ ਲਿਆ, ਓਫੀਸ਼ੀਅਲ ਰੈਜ਼ੋਲਿਊਸ਼ਨ ਮੂਵ ਕਰਤਾ ਸਪੀਕਰ ਦੇ ਰਾਹੀਂ ਸਾਰੇ ਮੈਂਬਰਾਂ ਕੋਲ ਚਲਾ ਗਿਆ, ਅਤੇ ਜਦੋਂ ਜਰਨੈਲ ਸਿੰਘ ਜੀ ਉਹਦੇ ਉੱਪਰ ਬੋਲ ਰਹੇ ਸੀਗੇ ਅਤੇ ਉਹਨਾਂ ਨੇ ਆਪਣੇ ਵੱਲੋਂ ਜਾਂ ਕਿਸੇ ਸਾਥੀ ਦੇ ਕਹਿਣ ਦੇ ਉੱਪਰ ਉਹ ਇੱਕ ਲਾਈਨ ਹੈ ਜਿਹੜੀ ਉਹ ਆਪਣੇ ਵੱਲੋਂ ਐਡ ਕਰ ਦਿੱਤੀ ਕਿ ਰਾਜੀਵ ਗਾਂਧੀ ਤੋਂ ਭਾਰਤ ਰਤਨ ਹੈ ਜਿਹੜਾ ਉਹ ਵਾਪਸ ਲਿਆ ਜਾਣਾ ਚਾਹੀਦਾ। ਆਮ ਆਦਮੀ ਪਾਰਟੀ ਦਾ ਇਹ ਸਟੈਂਡ ਨਾ ਪਹਿਲਾਂ ਸੀ, ਨਾ ਹੁਣ ਹੈ ਅਤੇ ਨਾ ਹੀ ਅੱਗੇ ਨੂੰ ਹੋਏਗਾ। ਇਹ ਇੱਕ ਇੰਡੀਵਿਜੁਅਲ ਦੀ ਭਾਵਨਾਵਾਂ ਦੇ ਵਿੱਚ, ਕਿਉਂਕਿ ਬੜਾ ਇਮੋਸ਼ਨਲ ਇਸ਼ੂ ਹੈ, ਉਹਨਾਂ ਨੇ ਆਪਦੇ ਭਾਵਨਾਵਾਂ, ਆਪਦੇ ਜਿਹੜੇ ਦਿਲ ਦੇ ਖਿਆਲ ਨੇ ਉਹ ਰੱਖੇ ਸਦਨ ਦੇ ਅੱਗੇ। ਔਰ ਮੈਂ ਸਮਝਦਾ ਕਿ ਇਸ ਇਸ਼ੂ ਨੂੰ, ਇਸ ਗੱਲ ਨੂੰ ਜ਼ਰੂਰਤ ਨਾਲੋਂ ਜ਼ਿਆਦਾ ਤੂਲ ਹੈ ਜਿਹੜੀ ਉਹ ਦਿੱਤੀ ਗਈ ਹੈ ਆਮ ਆਦਮੀ ਪਾਰਟੀ ਦਾ 1984 ਦੇ ਸਿੱਖ ਕਤਲੇਆਮ ਦੇ ਲਈ, ਜਿਸ ਦਿਨ 49 ਦਿਨ ਦੀ ਸਾਡੀ ਸਰਕਾਰ ਬਣੀ ਉਸ ਦਿਨ SIT ਹੈ ਜਿਹੜੀ ਉਹ ਕੌਂਸਟੀਟਿਊਟ ਕੀਤੀ ਫਾਸਟ ਟਰੈਕ, ਉਸੇ ਵਜ੍ਹਾ ਕਰਕੇ ਸਾਰੇ ਕੇਸਿਸ ਨੇ ਜਿਹੜੇ ਉਹ ਹੋਏ, 5-5 ਲੱਖ ਜਿਹੜਾ ਮੁਆਵਜ਼ਾ ਸੀ ਉਹ ਦਿੱਤਾ। ਸੋ ਸਾਡਾ ਪੁਆਇੰਟ ਹੈ ਜਿਹੜਾ, ਦੇਖੋ ਇਸ ਤਰ੍ਹਾਂ ਹੈ ਕਿ ਪੈਟਰਨਾਈਜੇਸ਼ਨ ਦੀ ਜਿੱਥੇ ਤੱਕ ਗੱਲ ਹੈ, ਇਹਦੇ 'ਚ ਕੋਈ ਦੋ ਰਾਇਆ ਨਹੀਂ ਹੁੰਦਾ ਕਿ ਜਦੋਂ ਜਿਹੜੀ ਸਰਕਾਰ ਹੋਵੇ ਸਰਕਾਰ ਤੋਂ ਬਿਨਾਂ ਪੱਤਾ ਵੀ ਨਹੀਂ ਹਿਲਦਾ। ਪਰ ਜੇ ਆਪਾਂ ਇੰਡੀਵਿਜੁਅਲ ਇੱਕ ਰਾਜੀਵ ਗਾਂਧੀ ਜੀ ਦੀ ਗੱਲ ਕਰ ਲਈਏ, ਉਹਨਾਂ ਦਾ ਰੋਲ ਅੱਜ ਤੱਕ, ਹਾਂ ਉਹਨਾਂ ਦੀ ਇੱਕ ਸਟੇਟਮੈਂਟ ਸੀਗੀ ਕਿ ਜਬ ਬੜਾ ਪੇੜ ਗਿਰਤਾ ਹੈ ਤੋ ਧਰਤੀ ਤੋਂ ਹਿਲਤੀ ਹੈ, ਇਹ ਸਟੇਟਮੈਂਟ ਸੀਗੀ, ਇਹਨੂੰ ਅਸੀਂ ਸ਼ੁਰੂ ਤੋਂ ਕੰਡੈਮ ਕਰਦੇ ਆਏ ਹਾਂ ਅਤੇ ਅੱਜ ਵੀ ਕਰਦੇ ਹਾਂ ਅਤੇ ਕਰਦੇ ਰਹਾਂਗੇ। ਪਰ ਜੇ ਆਪਾਂ ਅੱਜ ਤੱਕ, ਨਾ ਅਕਾਲੀ ਦਲ ਨੇ ਨਾ ਕਿਸੇ ਪੀੜਿਤ ਨੇ ਵੀ ਨਹੀਂ ਕਿਹਾ ਹੈਗਾ ਕਿ ਰਾਜੀਵ ਗਾਂਧੀ ਨੂੰ ਇਹਦੇ 'ਚ ਇੰਡਿਕਟ ਕੀਤਾ ਜਾਣਾ ਚਾਹੀਦਾ, ਗੱਲ ਹੈ ਜਿਹੜੀ ਉਹ ਸੱਜਣ ਕੁਮਾਰ ਤੱਕ, ਜਗਦੀਸ਼ ਟਾਈਟਲਰ ਤੱਕ ਅਤੇ ਕਮਲਨਾਥ ਹੋਣਾ ਤੱਕ ਅਤੇ ਧਰਮਦੱਤ ਸ਼ਾਸਤਰੀ ਹੋਣਾ ਤੱਕ, ਜਿਹੜੇ 6-7 ਲੋਕ ਸੀਗੇ ਇਹਨਾਂ ਤੱਕ ਹਮੇਸ਼ਾ ਇਹਨਾਂ ਦੇ ਨਾਮ ਆਉਂਦੇ ਰਹੇ ਨੇ। ਕੈਪਟਨ ਅਮਰਿੰਦਰ ਸਿੰਘ ਨੇ ਵੀ ਉਸ ਦਿਨ ਇਹਨਾਂ ਦੇ ਨਾਂ ਲਏ ਨੇ। ਸੋ ਇਹਨਾਂ ਤੱਕ ਬਿਨਾਂ ਕਿਸੇ ਗੱਲ ਤੋਂ, ਸਿਰਫ ਸਿਆਸੀ ਰੋਟੀਆਂ ਸੇਕਣ ਦੇ ਲਈ, ਮੈਂ ਕਹਾਂ ਹਾਂਜੀ ਠੀਕ ਹੈ ਜੀ ਇਹਦਾ ਵੀ ਨਾਂ ਪਾ ਦਿਉ, ਉਹਦਾ ਵੀ ਨਾਂ ਪਾ ਦਿਉ, ਉਹ ਮੈਂ ਸਮਝਦਾ ਕਿ ਛੋਟੀ ਰਾਜਨੀਤੀ ਹੈ, ਉਹ ਨਹੀਂ ਕਰਨੀ ਚਾਹੀਦੀ ਹੈਗੀ। ਰਾਜੀਵ ਗਾਂਧੀ ਦਾ ਨਾਮ ਅੱਜ ਤੱਕ ਨਾ ਅਕਾਲੀ ਦਲ ਨੇ, ਨਾ SGPC ਨੇ, ਨਾ ਕਿਸੇ ਪੀੜਿਤ ਨੇ ਨਹੀਂ ਲਿਆ ਹੈਗਾ। ਸੋ ਫਿਰ ਅਸੀਂ ਕਿਉਂ ਲਈਏ? ਫਿਰ ਇੱਕ ਫਿਰ ਅਕਾਲੀ ਦਲ 1984 ਤੋਂ ਬਾਅਦ ਘੱਟੋ ਘੱਟ 20 ਸਾਲ ਪੰਜਾਬ ਦੇ ਵਿੱਚ ਰਾਜ ਕਰ ਚੁੱਕਿਆ। ਦਿੱਲੀ ਦੇ ਵਿੱਚ ਅਟਲ ਬਿਹਾਰੀ ਦੀ ਵਾਜਪੇਈ ਦੀ ਸਰਕਾਰ ਦੇ ਵਿੱਚ ਸੁਖਬੀਰ ਸਿੰਘ ਬਾਦਲ ਆਪ ਮੰਤਰੀ ਰਹਿ ਚੁੱਕੇ, ਹੁਣ ਉਹਨਾਂ ਦੇ ਘਰ ਵਾਲੀ ਬੀਬੀ ਹਰਸਿਮਰਤ ਕੌਰ ਬਾਦਲ ਉੱਥੇ ਨੇ। ਅੱਜ ਤੱਕ ਪੰਜਾਬ ਵਿਧਾਨ ਸਭਾ ਦੇ ਵਿੱਚ ਜਾਂ ਦਿੱਲੀ ਪਾਰਲੀਮੈਂਟ ਦੇ ਵਿੱਚ ਇਹ ਲੋਕ ਮਤਾ ਕਿਉਂ ਨਹੀਂ ਲੈ ਕੇ ਆਏ ਹੈਗੇ? ਰਾਤਾਂ ਨੂੰ ਤਾਂ ਉਹਨਾਂ ਨਾਲ ਹੁੰਦੇ ਨੇ ਡਿਨਰਸ 'ਤੇ ਇਕੱਠੇ, ਅਤੇ ਦਿਨੇ ਕਰਦੇ ਨੇ ਛੋਟੀ ਔਰ ਗਿਰੇ ਹੋਏ ਦਰਜੇ ਦੀ ਰਾਜਨੀਤੀ। ਆਪ ਲਿਆਉਂਦੇ ਨਾ ਇਹ ਰੈਜ਼ੋਲਿਊਸ਼ਨ, ਅੱਜ ਤੱਕ ਸੁਰਤ ਨਹੀਂ ਆਈ ਹੈਗੀ। ਪਰ ਹੁਣ ਇੱਕ ਚੀਜ਼, ਕਿਉਂਕਿ ਔਫ ਹੈਂਡ ਇੱਕ ਇੰਡੀਵਿਜੁਅਲ ਵੱਲੋਂ, ਇੱਕ MLA ਵੱਲੋਂ ਕਹੀ ਗਈ, ਜਿਹੜਾ ਕਿ ਆਮ ਆਦਮੀ ਪਾਰਟੀ ਦਾ ਅਫੀਸ਼ੀਅਲ ਸਟੈਂਡ ਨਹੀਂ ਸੀਗਾ, ਹੁਣ ਉਹਨੂੰ ਫੜ ਲਿਆ ਇਹਨਾਂ ਨੇ, ਸਿਆਸੀ ਰੋਟੀਆਂ ਸਿੱਖ ਲਈ। ਸੋ ਇਹ ਛੋਟੀ ਰਾਜਨੀਤੀ ਹੈ। ਮੈਂ ਵਾਰ ਵਾਰ ਫੇਰ ਕਹਿਣਾ ਕਿ ਹਾਂ, ਜਿਹੜੇ ਗੁਨਾਹਗਾਰ ਸੀਗੇ, ਚਾਹੇ ਉਹ ਸੱਜਣ ਕੁਮਾਰ ਹੈ, ਚਾਹੇ ਜਗਦੀਸ਼ ਟਾਈਟਲਰ ਹੈ, ਉਹਨਾਂ ਰਾਜੀਵ ਗਾਂਧੀ ਨੂੰ ਆਮ ਆਦਮੀ ਪਾਰਟੀ ਕਲੀਨ ਚਿੱਟ ਦੇ ਰਹੀ ਹੈ। ਆਮ ਆਦਮੀ ਪਾਰਟੀ ਕੌਣ ਹੁੰਦੀ ਹੈ ਜੀ ਕਲੀਨ ਚਿੱਟ ਦੇਣ ਵਾਲੀ? ਜਿਸ ਦਿਨ ਆਮ ਆਦਮੀ ਪਾਰਟੀ ਦਾ ਜਨਮ ਹੋਇਆ, ਉਸ ਤੋਂ 30 ਸਾਲ ਪਹਿਲਾਂ 1984 ਦੇ ਦੰਗੇ ਹੋਏ ਨੇ, ਅਸੀਂ ਕੌਣ ਹੁੰਦੇ ਹਾਂ? ਅਸੀਂ, ਤੁਸੀਂ ਦੇਖੋ ਹਰੇਕ ਚੀਜ਼ ਨੂੰ, ਤੁਸੀਂ ਯਾਦਵਿੰਦਰ ਜੀ, ਆਪਾਂ ਪੋਲੀਟੀਕਲ ਰੰਗਤ ਨਾ ਦੇਈਏ। ਜਦੋਂ ਮੈਂ ਤੁਹਾਨੂੰ ਕਹਿ ਰਿਹਾ ਕਿ ਅੱਜ ਤੱਕ ਕਿਸੇ ਪੀੜਿਤ ਨੇ ਵੀ ਨਹੀਂ ਕਿਹਾ ਹੈਗਾ ਕਿ ਰਾਜੀਵ ਗਾਂਧੀ ਦੇ ਹੁਕਮ ਦੇ ਉੱਪਰ ਕਤਲੇਆਮ ਹੋਇਆ, ਹਾਂ ਉਹਨਾਂ ਦੀ ਸਟੇਟਮੈਂਟ ਅਸੀਂ ਉਸ ਦਿਨ ਵੀ ਕੰਡੈਮ ਕਰਦੇ ਸੀ, ਅੱਜ ਵੀ ਕੰਡੈਮ ਕਰਦੇ ਹਾਂ। ਸੋ ਇਸ ਕਰਕੇ ਵੀ ਸ਼ੁੱਡ ਨੋਟ ਗੈਟ ਇਨ ਟੂ ਪੈਟੀ ਪੋਲੀਟਿਕਸ ਉਹਨਾਂ ਦਾ ਜਿਨ, ਹਾਂ ਠੀਕ ਹੈ ਕਿ ਕਾਂਗਰਸ ਪਾਰਟੀ ਦੀ ਉਸ ਸਮੇਂ ਸਰਕਾਰ ਸੀ, ਸੋ ਇਸ ਕਰਕੇ ਕਾਂਗਰਸ ਪਾਰਟੀ ਦੀ ਜ਼ਿੰਮੇਵਾਰੀ ਬਣਦੀ ਸੀਗੀ ਲਾਅ ਐਂਡ ਆਰਡਰ ਨੂੰ ਕੰਟਰੋਲ ਕਰਕੇ ਰੱਖਣਾ। ਇਸੇ ਤਰੀਕੇ 2002 ਦੇ ਦੰਗਿਆਂ ਦੇ ਵਿੱਚ ਉਦੋਂ ਕਿਹਦੀ ਜ਼ਿੰਮੇਵਾਰੀ ਬਣਦੀ ਸੀ? ਉਸ ਸਮੇਂ ਦੀ BJP ਸਰਕਾਰ ਦੀ, ਨਰਿੰਦਰ ਮੋਦੀ ਦੀ, ਮੁੱਖ ਮੰਤਰੀ ਦੀ ਬਣਦੀ ਸੀਗੀ। ਸੋ ਇਸ ਕਰਕੇ ਇਹਨਾਂ ਇਸ਼ੂਜ਼ ਦੇ ਉੱਪਰ, ਇਹ ਬੜੇ ਟੱਚੀ ਇਸ਼ੂਜ਼ ਨੇ, ਬੜੇ ਇਮੋਸ਼ਨਲ ਇਸ਼ੂਜ਼ ਨੇ, ਹਿਊਮਨ ਇਸ਼ੂਜ਼ ਨੇ, ਇਹਨਾਂ ਦੇ ਉੱਪਰ ਸਿਆਸਤ ਨਹੀਂ ਹੋਣੀ ਚਾਹੀਦੀ ਹੈਗੀ।